ਬਲੇਮ ਉੱਤੇ ਕੋਈ ਹਾਲੇ ਤੱਕ ਓਬਜੈਕਸ਼ਨ ਨਹੀਂ ਲਿਆ ਕਿਉਂਕਿ ਮੈਂ ਸੱਚਾ ਸੱਚਾ ਬੰਦਾ। ਐਵੀ ਨੇ ਲਾਈਵ ਦੇ ਵਿੱਚ ਹੋ ਕੇ ਕਿਹਾ ਸੀ ਕਿ ਉਸ ਜਿਹੜਾ ਸੱਚਾ ਹੈ ਉਹ ਗੁਰਦੁਆਰੇ ਜਾ ਕੇ ਸਹੁੰ ਖਾਵੇ। ਮੈਂ ਗੁਰਦੁਆਰੇ ਆ ਕੇ ਸਹੁੰ ਖਾ ਰਿਹਾ ਕਿ ਬੌਸ ਗਾਣਾ ਮੈਂ ਲਿਖਿਆ ਅਤੇ ਮੈਨੂੰ ਕੁਛ ਹੋਰ ਪਰੂਫ ਕਰਨ ਦੀ ਲੋੜ ਨਹੀਂ ਆ। ਅਤੇ ਮੈਂ ਸਵੇਰ ਦਾ ਪਿੰਡ ਆਇਆ ਹੋਇਆ ਅਤੇ ਉਹ ਮੈਨੂੰ ਪਿੰਡ ਨਹੀਂ ਮਿਲਿਆ, ਮੈਂ ਹੁਣ ਪਿੰਡੋਂ ਆਇਆ, ਮੈਂ ਪਿੰਡ ਨਹੀਂ ਆਉਂਦੀ, ਮੈਂ ਵੇਟ ਕਰਕੇ ਆਇਆ ਕਿ ਉਹਨਾਂ ਨਾਲ ਫੇਸ ਟੂ ਫੇਸ ਗੱਲ ਕਰਾਂ। ਮੈਂ ਤਾਂ ਸਾਰੇ ਪਰੂਫ ਆ, ਉਹਨੇ ਸਹੁੰ ਖਾਣ ਦੀ ਗੱਲ ਕੀਤੀ ਸੀ, ਮੈਂ ਸਹੁੰ ਖਾ ਲਈ ਆ, ਇਹ ਤੋਂ ਵੱਡਾ ਕਿਸ ਲਈ ਕੋਈ ਪਰੂਫ ਨਹੀਂ ਹੋ ਸਕਦਾ। ਅਤੇ ਸਾਰੇ ਬਹੁਤ ਪਿਆਰ ਕਰਦੇ ਆ, ਜਿੰਨੇ ਜਿੰਨਾ ਪਿਆਰ ਕੀਤਾ ਥੈਂਕ ਯੂ ਸੋ ਮੱਚ ਜੀ। ਅਤੇ ਆਹ ਮੇਰੇ ਵੀਰੇ ਹੋਣੀ ਆ, ਮੈਂ ਤੁਹਾਨੂੰ ਪਰੂਫ ਵੀ ਦਿਖਾ ਦਿੰਦਾ ਜੀ। ਸਤਿ ਸ਼੍ਰੀ ਅਕਾਲ ਜੀ, ਜਿੱਦਾਂ ਕਿ ਉਹ ਕਹਿ ਰਿਹਾ ਵੀ ਬੌਸ ਗਾਣਾ ਉਹਨੇ ਲਿਖਿਆ ਅਤੇ ਸਾਡੇ ਕੋਲ ਆ ਸਾਰੇ ਹੀ ਸਾਰੇ ਸਾਡੇ ਰਜਿਸਟਰਡ ਸਾਡੇ ਕੋਲ ਪਰੂਫ ਨੇ ਬੌਸ ਗਾਣੇ ਦੇ। ਇਹ ਜਿਹੜੇ ਵੀ ਕਿਸੇ ਸਰਪੰਚ ਨੇ ਦੇਖਣੇ ਆ, ਕਿਸੇ ਵੀ ਬੰਦੇ ਨੇ ਦੇਖਣੇ ਆ, ਸਾਰੇ ਸਾਡੇ ਕੋਲ ਨੋਟਰੀ ਟੈਸਟ ਸਾਰਾ ਕੁਛ A to Z ਹੋਇਆ ਸਾਡੇ ਕੋਲ ਹੈਗਾ। ਹਾਲਾਂਕਿ ਜਿਹੜਾ ਕਿ ਉਹਨੇ ਬੋਲਿਆ ਵੀ ਮੈਂ ਉਹਨੇ ਫੋਟੋ ਸਕਰੀਨਸ਼ੋਟ ਪਾਇਆ ਸੀਗਾ ਵੀ 5 November 2017 'ਚ ਉਹਨੇ ਗਾਣਾ ਕਹਿੰਦਾ ਵੀ ਮੈਂ ਲਿਖਿਆ ਸੀ। ਅਤੇ ਉਹ ਛੋਟੇ ਵੀਰ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੂੰਗਾ, ਉਹ ਸਕਰੀਨਸ਼ੋਟ ਮੈਂ 1 ਮਿੰਟ 'ਚ ਬਣਾ ਸਕਦਾ, ਜਿੱਦਾਂ ਕਿ ਮੈਂ ਤੁਹਾਨੂੰ ਦਿਖਾ ਦਿੰਦਾ। ਜਿੱਦਾਂ ਕਿ ਜਦੋਂ ਤੁਸੀਂ ਫੋਨ ਦੀ ਡੇਟ ਚੇਂਜ ਕਰੋਗੇ ਅਤੇ ਉੱਥੇ ਸਾਰਾ ਕੁਛ ਤੁਹਾਡਾ ਪਿਛਲਾ ਹੋ ਜੂਗਾ, ਠੀਕ ਹੈ ਜੀ। ਇਹ ਸਾਰਾ ਕੁਛ ਮਿੰਟੋ ਮਿੰਟ ਚੇਂਜ ਹੋ ਜਾਂਦਾ, ਬਟ ਆਹ ਜਿਹੜੇ ਕਾਗਜ਼ ਆ ਇਹ ਕਾਗਜ਼ ਨਹੀਂ ਤੁਸੀਂ ਚੇਂਜ ਕਰ ਸਕਦੇ। ਇਹ ਜਸ ਮਾਣਕ ਦੇ 3 ਗਾਣਿਆਂ ਦੇ ਆ, ਇੱਕ ਆ ਜਸ ਮਾਣਕ ਦਾ ਅਪਰਾਡਾ, ਬੌਸ ਵਿਦਆਊਟ ਯੂ, ਇਹਨਾਂ ਤਿੰਨਾਂ ਗਾਣਿਆਂ ਦੇ ਆ। ਤਿੰਨੇ ਗਾਣੇ ਜਸ ਮਾਣਕ ਨੇ ਲਿਖੇ ਆ, ਇੱਕ ਹੁੰਦਾ ਸੂਟ ਪੰਜਾਬੀ ਗਾਣਾ ਇਹ ਜੋ ਕਿ ਐਵੀ ਨੇ ਲਿਖਿਆ ਸੀ, ਤਾਂ ਉਹਦੇ 'ਚ ਅਸੀਂ ਉਹਨੂੰ ਪੂਰਾ ਕ੍ਰੈਡਿਟ ਦਿੱਤਾ ਸੀ, ਉਹਦੇ 'ਚ ਨਾਂ ਅਸੀਂ ਜਸ ਮਾਣਕ ਦਾ ਨਾਮ ਨਾਲ ਪਾਇਆ, ਉਹਦੇ ਸਿਰਫ ਐਵੀ ਦਾ ਹੀ ਇਕੱਲੇ ਦਾ ਨਾਮ ਸੀਗਾ। ਰਹੀ ਗੱਲ ਧਾਲੀਵਾਲੇ ਦੇ ਨਾਮ ਦੀ, ਅਸੀਂ ਕਹਿੰਦੇ ਤੁਸੀਂ ਜੇ ਗਾਣਾ ਸੁਣਿਆ ਹੋਵੇ ਵਿਦਆਊਟ ਯੂ, ਉਹਦੇ ਵਿੱਚ ਵੀ ਧਾਲੀਵਾਲ ਨਾਮ ਲਿਆ ਗਿਆ ਵਾ। ਉਹ ਇੱਕ ਬੌਸ ਗਾਣੇ ਦੇ ਵਿੱਚ ਵੀ ਧਾਲੀਵਾਲ ਨਾਮ ਲਿਆ ਗਿਆ ਵਾ, ਬਟ ਜਿਹੜਾ ਐਵੀ ਧਾਲੀਵਾਲ ਆ ਉਹ ਉਹਦੇ ਗਾਣੇ ਦੇ ਵਿੱਚ ਸੂਟ ਪੰਜਾਬੀ ਗਾਣੇ ਦੇ ਵਿੱਚ ਉਹ ਆਪਦਾ ਨਾਮ ਪਾਉਂਦਾ ਐਵੀ ਧਾਲੀਵਾਲ, ਬਟ ਜਿਹੜਾ ਇਹ ਧਾਲੀਵਾਲ ਆ ਇਹ ਜਸ ਮਾਣਕ ਦਾ ਇੱਕ ਫਰੈਂਡ ਸੀਗਾ ਜੋ ਕਿ ਇਹਦੇ ਬ੍ਰਦਰ ਦੇ ਨਾਲ, ਉਹਨਾਂ ਦੋਵਾਂ ਦਾ ਐਕਸੀਡੈਂਟ ਹੋਇਆ ਸੀ ਅਤੇ ਇਹਦਾ ਬ੍ਰਦਰ 3-4 ਮਹੀਨੇ ਹੋਸਪਿਟਲ 'ਚ ਰਿਹਾ, ਅਤੇ ਇਹਦੇ ਫਰੈਂਡ ਦੀ ਜਿੰਨਾ ਉਹਦਾ ਨਾਮ ਸੀ ਕਮਲ ਧਾਲੀਵਾਲ, ਜੋ ਕਿ ਇਹਨੇ ਇੰਸਟਾਗ੍ਰਾਮ ਦੇ ਉੱਤੇ ਵੀ, ਇੰਸਟਾਗ੍ਰਾਮ ਜੇ ਕੋਈ ਨਾਨਕ ਦਾ ਫੋਲੋ ਕਰੇ ਉਹ ਨਿਕਲ ਜਾਣਾ, ਉਹਦੇ ਉੱਤੇ ਵੀ ਲਿਖਿਆ ਵਾ ਨੈਵਰ ਫੋਰਗੇਟ ਕਮਲ ਧਾਲੀਵਾਲ ਸਪੈਸ਼ਲ। ਜਿੱਦਣ ਦਾ ਇੰਸਟਾਗ੍ਰਾਮ ਬਣਾਇਆ ਜੀ ਉਹਦੇ ਕਮਲ ਧਾਲੀਵਾਲ ਲਿਖਿਆ, ਅਤੇ ਉਹ ਜਿਹੜਾ ਧਾਲੀਵਾਲ ਵਰਲਡ ਸਿਰਫ ਅਤੇ ਸਿਰਫ ਉਹਦੇ ਲਈ ਪਾਇਆ ਜਾਂਦਾ। ਆਹ ਤੁਸੀਂ ਇਹਦੇ ਤੁਸੀਂ ਉਹਦਾ ਚੈੱਕ ਵੀ ਕਰ ਲਿਓ, ਨੈਵਰ ਫੋਰਗੇਟ ਕਮਲ ਧਾਲੀਵਾਲ ਭਰਾ, ਇਹ ਉਹਦੇ ਲਈ ਹੀ ਪਾਇਆ ਜਾਂਦਾ। ਬਟ ਅਸੀਂ ਇਹ ਜਦੋਂ ਦਾ ਇੰਸਟਾਗ੍ਰਾਮ ਭਾਅ ਜੀ ਬਣਾਇਆ ਉਹਦਾ, ਠੀਕ ਹੈ ਨੀ, ਅਤੇ ਅਸੀਂ ਇੱਕ ਚੀਜ਼ ਆ ਸਾਡੇ ਕੋਲ ਅਸੀਂ ਨਾ ਕਿਸੇ ਨਾਲ ਧੱਕਾਸ਼ਾਹੀ ਕੀਤੀ ਆ, ਨਾ ਸਾਨੂੰ ਕੋਈ ਲੋੜ ਆ। ਹੁਣ ਰਹੀ ਬੌਸ ਗਾਣੇ ਦੀ ਗੱਲ, ਬੌਸ ਗਾਣਾ ਜਦੋਂ 3.5 ਮਹੀਨੇ ਪਹਿਲਾਂ ਮੈਂ ਖੁਦ ਗੀਤਾਂ ਕੀਤੀ ਗਾਉਣ ਨਾਲ ਮੈਂ ਖੁਦ ਰਿਲੀਜ਼ ਕੀਤਾ ਸੀ ਉਹਦੀ ਲਿਰੀਕਲ ਵੀਡੀਓ, ਠੀਕ ਹੈ ਜੀ, 3.5 ਮਹੀਨੇ ਪਹਿਲਾਂ। ਅਤੇ ਉਸ ਦੇ ਵਿੱਚ ਨਾ ਉਸ ਟਾਈਮ ਜੇ ਐਵੀ ਦੇ ਲਿਰਿਕਸ ਸੀਗੇ ਅਤੇ ਉਹ ਮੈਨੂੰ ਫੋਨ ਕਰ ਸਕਦਾ ਸੀਗਾ ਵੀ ਭਾਅ ਜੀ ਜਾਂ ਵੀਰੇ ਵੀ ਮੇਰੇ ਲਿਰਿਕਸ ਆ ਵੀ ਆਹ ਮੇਰਾ ਕ੍ਰੈਡਿਟ ਬਣਦਾ, ਤੁਸੀਂ ਉੱਥੇ ਜਸ ਮਾਣਕ ਦਾ ਨਾਂ ਪਾਇਆ ਹੋਇਆ। ਹਾਂ ਭਾਅ ਜੀ ਫੜਿਓ ਕਾਗਜ਼, ਆਹ ਇੱਥੇ ਆ ਬੌਸ ਗਾਣਾ ਜੋ ਕਿ ਗੀਤ MP3 ਦੇ ਚੈਨਲ 'ਤੇ ਆਇਆ ਸੀ, ਉਹਦੇ ਥੱਲੇ ਜਸ ਮਾਣਕ ਸਿੰਗਰ ਲਿਰਿਕਸ ਕੰਪੋਜ਼ਰ। ਚਲੋ ਮੇਰੇ ਹੱਲ ਕਰਿਓ, ਚਲੋ ਆਹ ਵੀ ਐਡਿਟ ਕਰ ਸਕਦਾ, ਮੈਂ ਐਡਿਟ ਕਰ ਸਕਦਾ ਜਿੱਦਾਂ ਕਿ ਮੈਂ ਤੁਹਾਨੂੰ ਦਿਖਾਇਆ ਵੀ ਡੇਟ ਚੇਂਜ ਹੋ ਜਾਂਦੀ ਆ, ਇੱਦਾਂ ਇਹਨੂੰ ਵੀ ਮੈਂ ਐਡਿਟ ਕਰ ਸਕਦਾ। ਹੁਣ ਮੈਂ ਤੁਹਾਨੂੰ ਇੱਕ ਪਰੂਫ ਹੋਰ ਦਿੰਦਾ, ਵੀਡੀਓ ਦੀ ਜਦੋਂ ਐਂਡ ਸਕਰੀਨ ਆਜੂਗੀ, ਐਂਡ ਸਕਰੀਨ 'ਤੇ ਤੁਸੀਂ ਆਹ ਚੈੱਕ ਕਰਿਓ ਲਿਰਿਕਸ ਜਸ ਮਾਣਕ, ਮੇਰੇ ਹੱਲ ਕਰਿਓ। ਜਦੋਂ ਹੁਣ ਤੁਸੀਂ ਆਹ ਆਡੀਓ ਚੈੱਕ ਕਰੋਗੇ ਨਾ, ਇਹਦੇ ਲਾਸਟ 'ਚ ਲਿਖਿਆ ਹੋਇਆ ਲਿਰਿਕਸ ਜਸ ਮਾਣਕ, ਇਹ ਅੱਜ ਤੋਂ 3.5 ਮਹੀਨੇ ਪਹਿਲਾਂ ਦੀ ਗੱਲ ਆ, ਠੀਕ ਆ, ਇਹ ਨਹੀਂ ਐਡਿਟ ਕਰ ਸਕਦਾ ਮੈਂ। ਇਹ ਜਦੋਂ ਯੂਟਿਊਬ 'ਤੇ ਵੀਡੀਓ ਪੈ ਜਾਂਦੀ ਹੈ ਨਾ, ਫਿਰ ਇੱਦਾਂ ਹੀ ਪਈ ਰਹਿੰਦੀ ਆ। ਹਾਂ, ਜਿਹਨਾਂ ਕੋਲ MCM ਜਾਂ ਕੁਛ ਬਹੁਤ ਵੱਡਾ ਤਾਂ ਮਜ਼ਾ ਆਉਂਦਾ ਉਹ ਕਰ ਸਕਦੇ ਆ, ਸਾਡੇ ਕੋਲ ਉਹ ਚੀਜ਼ਾਂ ਹੈ ਨਹੀਂ ਜੀ। ਅਤੇ ਇਹ ਉਹ ਚੀਜ਼ ਆ, ਅਸੀਂ ਆਪਦੇ ਪੱਕੇ ਸਾਡੇ ਕੋਲ ਪਰੂਫ ਆ। ਹਾਂ, ਇਹਨੇ ਹੁਣ ਇੱਕ ਗੱਲ ਹੋਰ ਕਹਿਣਾ ਚਾਹੂੰਗਾ, ਅੱਜ ਤੋਂ 3-4 ਦਿਨ ਪਹਿਲਾਂ ਇਹਦੀ ਮੈਨੂੰ ਕਾਲ ਆਈ ਸੀ, ਉਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਇਹਨੂੰ ਪਤਾ ਲੱਗਾ ਜਦੋਂ ਵੀ ਅਸੀਂ ਬੌਸ ਗਾਣੇ ਦੀ ਵੀਡੀਓ ਰਿਲੀਜ਼ ਕਰ ਰਹੇ ਹਾਂ, ਅਤੇ ਇਹਨੇ ਮੈਨੂੰ ਕਿਹਾ ਵੀ ਭਾਅ ਜੀ ਇਹਦੀ ਕਾਲ ਆਈ, ਉਸ ਤੋਂ ਪਹਿਲਾਂ ਇਹਦੀ ਮੈਨੂੰ ਕਾਲ ਆਈ ਸੀ ਸੂਟ ਪੰਜਾਬੀ ਦੇ ਟਾਈਮ। ਹਾਂ, ਸੋ ਜਿਵੇਂ ਦੇ ਆਹ ਕਾਗਜ਼ ਆ ਸਾਡੇ ਕੋਲ, ਆਹ ਸੇਮ ਆਹ ਕਾਗਜ਼ ਆ, ਇੱਦਾਂ ਦੇ ਇੱਕ ਕਾਗਜ਼ਾਂ ਦੇ ਉੱਤੇ ਅਸੀਂ ਐਵੀ ਧਾਲੀਵਾਲ ਤੋਂ ਸੂਟ ਪੰਜਾਬੀ ਗਾਣੇ ਦੇ ਲਿਰਿਕਸਾਂ ਦੇ ਉੱਤੇ ਸਾਈਨ ਲਏ ਸੀ। ਇਹ ਤੁਸੀਂ ਉਹਨੂੰ ਪੁੱਛ ਵੀ ਸਕਦੇ ਹੋ ਜਾਂ ਉਹ ਮੁੱਕਰ ਨਹੀਂ ਸਕਦਾ, ਉਹ ਮੇਰੇ ਕੋਲ ਉਹ ਵੀ ਕਾਗਜ਼ ਹੈਗੇ ਨੇ, ਬਟ ਉਹ ਮੇਰੇ ਕੋਲ ਘਰੇ ਨੇ, ਇਸ ਟਾਈਮ ਨਹੀਂ ਮੇਰੇ ਕੋਲ ਹੈਗੇ, ਠੀਕ ਹੈ ਜੀ। ਅਤੇ ਐਵੀ ਧਾਲੀਵਾਲ ਨੇ ਮੈਨੂੰ ਫੋਨ ਕਰਿਆ ਵੀ ਕਹਿੰਦਾ ਵੀਰੇ ਵੀ ਬੌਸ ਗਾਣੇ 'ਚ ਮੈਨੂੰ ਸੁਣ 'ਚ ਆਇਆ ਵੀ ਮੇਰਾ ਨਾਮ ਕੱਟਤਾ। ਮੈਂ ਕਿਹਾ ਵੀਰੇ ਬੌਸ ਗਾਣੇ 'ਚ ਤੇਰਾ ਨਾਮ ਹੈ ਹੀ ਨਹੀਂ ਆ। ਮੈਨੂੰ ਕਹਿੰਦਾ ਵੀ ਬੌਸ ਗਾਣਾ ਵੀਰੇ ਮੈਂ ਲਿਖਿਆ। ਮੈਂ ਕਿਹਾ ਭਾਅ ਵੀਰੇ ਵੀ ਅੱਜ ਤੋਂ 3.5 ਮਹੀਨੇ ਪਹਿਲਾਂ ਜਦੋਂ ਮੈਂ ਕਿੰਨਾ ਗਾਣਾ ਪਾਇਆ ਸੀ ਤੇਰਾ, ਉਦਣ ਮੈਨੂੰ ਫਰਜ਼ ਬਣਦਾ ਸੀਗਾ ਵੀ
ਕਾਲ ਕਰਕੇ ਕਹਿਣਾ ਵੀ ਵੀਰੇ ਆ ਲਿਰਿਕਸ ਮੇਰੇ ਨੇ, ਬਟ ਮੈਂ ਕਿਹਾ ਸਾਡੇ ਕੋਲ ਕਾਗਜ਼ ਸੀਗੇ ਅਤੇ ਅਸੀਂ ਕੋਈ ਵੀ ਕੰਪਨੀ ਬਿਨਾਂ ਕਾਗਜ਼ਾਂ ਤੋਂ ਕੋਈ ਗਾਣਾ ਨਹੀਂ ਚਾੜਦੀ, ਉਹਨੂੰ ਕਾਪੀਰਾਈਟ ਆ ਜਾਂਦਾ ਵਾ, ਠੀਕ ਹੈ ਜੀ, ਅਸੀਂ ਆਪਦੇ ਕਾਗਜ਼ਾਂ ਦੇ ਨਾਲ ਹੀ ਕੰਮ ਕਰਦੇ ਹਾਂ ਸਾਰਾ, ਬਿਨਾਂ ਕਾਗਜ਼ਾਂ ਤੋਂ ਕੋਈ ਨਹੀਂ ਕਰਦੇ। ਫਿਰ ਮੈਂ ਇਹਨੇ ਮੈਨੂੰ ਕਿਹਾ ਵੀ ਵੀਰੇ ਤੁਸੀਂ ਧੱਕਾ ਕਰ ਰਹੇ ਹਾਂ, ਮੈਂ ਕਿਹਾ ਵੀਰੇ ਮੈਂ ਕੋਈ ਧੱਕਾ ਨਹੀਂ ਕਰ ਰਿਹਾ, ਮੈਂ ਕਿਹਾ ਇੱਕ ਗੱਲ ਮੈਂ ਇੱਕ ਹੋਰ ਕਹਿਣਾ ਚਾਹੁੰਦਾ, ਅਸੀਂ ਸੂਟ ਪੰਜਾਬੀ ਗਾਣਾ ਕੀਤਾ, ਇਹਨਾਂ ਦੀ ਕੋਈ, ਇਹ ਦੋਵੇਂ ਆਪਸ 'ਚ ਮਿੱਤਰ ਸੀਗੇ ਪੁਰਾਣੇ, ਇਹ ਦੋਵੇਂ ਪਿੰਡ ਦੇ ਵਿੱਚ, ਇਹਨਾਂ ਦੀ ਕੋਈ ਆਪਸ 'ਚ ਚਲੋ ਪਰਸਨਲ ਪ੍ਰੋਬਲਮ ਹੋ ਗਈ, ਇਹ ਦੋਵੇਂ ਅਲੱਗ ਅਲੱਗ ਹੋ ਗਏ ਅਤੇ ਅੱਜ ਸੂਟ ਪੰਜਾਬੀ ਗਾਣਾ ਲੀਕ ਹੋਇਆ ਸੀ, ਜੋ ਕਿ ਅਸੀਂ ਗੀਤ MP3 'ਤੇ ਪਾਤਾ ਸੀਗਾ, ਸਿਰਫ ਇੱਕ ਅੰਤਰਾ, ਤਿੰਨ ਅੰਤਰੇ ਸੀ ਉਹਦੇ, ਇੱਕ ਅੰਤਰਾ ਸੀ ਉਹ ਪਾਇਆ ਸੀਗਾ, ਬਟ ਮੈਂ ਇਹਨੂੰ ਕਿਹਾ ਵੀ ਵੀ ਸੂਟ ਪੰਜਾਬੀ ਦਾ ਵਧੀਆ ਰਿਸਪੋਂਸ ਆ, ਮਾਨਕਾ ਆਪਾਂ ਨੂੰ ਗਾਣਾ ਕਰ ਲੈਣਾ ਚਾਹੀਦਾ, ਇਹ ਕਹਿੰਦਾ ਵੀਰੇ ਜਿੱਦਾਂ ਤੁਸੀਂ ਕਹਿੰਦੇ ਉਹ ਕਰ ਲੈਂਦੇ। ਫਿਰ ਮੈਂ ਇਹਦੇ ਇੱਕ ਮਿੱਤਰ ਜੋ ਕਿ ਰੰਧਾਵੇ ਨੂੰ ਮੈਂ ਕਾਲ ਕੀਤੀ ਆ, ਮੈਂ ਕਿਹਾ ਵੀ ਉਹਨੂੰ ਪੁੱਛ ਵੀ ਆਪਾਂ ਉਹਦਾ ਰੰਧਾਵੇ ਉਰੇ ਹੀ ਵੀ ਉਹਨੂੰ ਪੁੱਛ ਵੀ ਆਪਾਂ ਉਹਦਾ ਗਾਣਾ ਕਰਨਾ। ਇਹ ਕਹਿੰਦਾ ਵੀ ਵੀਰੇ ਮੈਨੂੰ ਫੋਨ ਕਰਿਆ ਰੰਧਾਵੇ ਨੇ, ਉਹਦੇ ਨਾਲ ਇਹ ਵੀ ਨਾ ਗੱਲ ਕੀਤੀ ਆ, ਇਹ ਵੀ ਕਹਿੰਦਾ ਵੀ ਕਰ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਗਾਣਾ, ਅਤੇ ਮੈਂ ਕਿਹਾ ਵੀ ਡਨ ਆਪਾਂ ਕਰ ਲੈਂਦੇ। ਮੈਂ ਜਸ ਨਾਲ ਗੱਲ ਕੀਤੀ, ਜਸ ਕਹਿੰਦਾ ਵੀਰੇ ਮੈਂ ਲਿਖੂੰਗਾ ਆਪ ਗਾਣਾ, ਮੈਂ ਕਿਹਾ ਯਾਰ ਤੂੰ ਲਿਖ ਲਾ ਕੋਈ ਚੱਕਰ ਨਹੀਂ ਆ। ਉਸ ਤੋਂ ਬਾਅਦ ਜਿਹੜਾ ਗੋਰਾ ਗੋਰਾ ਰੰਗ ਐ ਵੀ ਧਾਲੀਵਾਲ ਜਿਹੜਾ ਬਰੂਦ ਬਰਾਜ ਵਾਲੀਆਂ ਲੈਣਾ ਉਹ ਸਾਰੀਆਂ ਮਾਨਕ ਨੇ ਲਿਖੀਆਂ। ਫਿਰ ਉਸ ਤੋਂ ਬਾਅਦ ਕਿਉਂ ਜਦੋਂ ਗਾਣਾ ਰਿਲੀਜ਼ ਕਰਨਾ ਸੀ ਕੋਈ ਝੂਠ ਨਹੀਂ ਮਾਰੂੰਗਾ, ਗੁਰਦੁਆਰੇ ਸਾਹਿਬ ਖੜਾ ਹੁੰਦਾ, ਮੈਂ ਕਿਹਾ ਵੀ ਮਾਨਕ ਵੀ ਤੇਰਾ ਨਾਮ ਵੀ ਨਾ ਪਾਉਂਦੇ ਆ ਲਿਰਿਕਸ ਦੇ ਵਿੱਚ। ਇਹ ਕਹਿੰਦਾ ਵੀਰੇ ਵੀ ਦੇਖੋ ਨਾਮ ਪਹਿਲਾਂ ਉਹਦਾ ਇਕੱਲੇ ਦਾ ਪਿਆ ਸੀ ਐਵੀ ਧਾਲੀਵਾਲ, ਠੀਕ ਹੈ, ਜੇ ਕਹਿੰਦਾ ਵੀ ਮੈਨੂੰ ਪਤਾ ਕਹਿੰਦਾ ਵੀ ਮੈਂ ਲਿਖੇ ਆ, ਕਹਿੰਦਾ ਪਰ ਜੇ ਮੈਂ ਨਾਲ ਆਪਦਾ ਨਾਮ ਵੀ ਪਾਤਾ ਨਾ, ਕਹਿੰਦਾ ਪਿੰਡ ਦੇ ਵਿੱਚ ਮੇਰੀ ਬਦਨਾਮੀ ਹੋ ਜਾਣੀ, ਉਹਨੇ ਕਿਉਂਕਿ ਉਹ ਰਹਿੰਦਾ ਪਿੰਡ 'ਚ, ਆਪਾਂ ਰਹਿੰਦੇ ਚੰਡੀਗੜ੍ਹ 'ਚ, ਤਾਂ ਉਹਨੇ ਯਾਰਾਂ ਮਿੱਤਰਾਂ ਨੂੰ ਇਹ ਗੱਲ ਕਹਿਣੀ ਆ ਵੀ ਮੇਰਾ ਕ੍ਰੈਡਿਟ ਖਾ ਗਿਆ, ਇਹ ਮੈਂ ਗੁਰਦੁਆਰੇ ਖੜਾ, ਉਹ ਇਸ ਬੰਦੇ ਨੇ ਕਿਹਾ। ਮੈਂ ਕਿਹਾ ਗੱਲ ਤੇਰੀ ਜਾਇਜ਼ ਆ ਵੀਰੇ, ਆਪਾਂ ਕੋਈ ਲੈਣਾ ਦੇਣਾ ਨਹੀਂ, ਇਕੱਲੇ ਉਹਦਾ ਹੀ ਨਾਮ ਪਾਵਾਂਗੇ। ਫਿਰ ਜੀ ਅਸੀਂ ਗਾਣਾ ਰਿਲੀਜ਼ ਕੀਤਾ, ਇਹਦਾ ਇੰਸਟਾਗ੍ਰਾਮ ਸਾਰੇ ਜਾਣੇ ਤੁਸੀਂ ਦੇਖ ਰਹੇ ਹੋਵੋਗੇ, ਇਹਦਾ ਇੰਸਟਾਗ੍ਰਾਮ ਖੋਲ੍ਹ ਕੇ ਦੇਖ ਲਿਓ, ਇਹਨੇ ਪਿਓ ਦੇ ਪੁੱਤ ਨੇ ਇੱਕ ਵੀ ਪੋਸਟਰ ਨਹੀਂ ਸ਼ੇਅਰ ਕੀਤਾ ਗਾਣੇ ਦਾ, ਇਹਨੂੰ ਪਤਾ ਨਹੀਂ ਕੀ ਪ੍ਰੋਬਲਮ ਸੀਗੀ ਮਾਨਕ ਤੋਂ, ਬਟ ਅਸੀਂ ਇਹਨੂੰ ਫਿਰ ਵੀ ਕ੍ਰੈਡਿਟ ਦਿੰਦੇ ਰਹੇ ਐਵੀ ਧਾਲੀਵਾਲ। ਹਾਂ ਉਦੋਂ ਇਹਨੇ ਮੈਨੂੰ ਉਦੋਂ ਇੱਕ ਵਾਰੀ ਕਾਲ ਕੀਤੀ, ਐਵੀ ਧਾਲੀਵਾਲ ਦੀ ਇਹਦੀ ਸਪੈਲਿੰਗ ਦੇ ਵਿੱਚ ਡਬਲ ਵੀ ਪੈਂਦੇ ਆ, ਅਤੇ ਮੈਂ ਇਕੱਲਾ ਵੀ ਪਾਇਆ ਹੋਇਆ ਸੀ, ਇਹਨੇ ਮੈਨੂੰ ਫੋਨ ਕਰਿਆ ਵੀ ਕਿੰਨਾ ਭਾਅ ਜੀ ਵੀ ਸਪੈਲਿੰਗ ਸਹੀ ਕਰ ਦਿਉ, ਮੈਂ ਨਾਲ ਦੀ ਨਾਲ ਇਹਦੀ ਸਪੈਲਿੰਗ ਸਹੀ ਕਰ ਲਈ ਨਾਲ ਦੀ ਨਾਲ। ਉਸ ਤੋਂ ਬਾਅਦ ਇੱਕ ਦਿਨ ਅਲੰਟੇ ਸੀਗਾ ਅਸੀਂ ਮੂਵੀ ਦੇਖ ਕੇ, ਇਹਦੇ 'ਚ ਇੰਨਾ ਜ਼ਿਆਦਾ ਐਟੀਟਿਊਡ ਆ, ਇਹਨੇ ਮੈਨੂੰ ਬੁਲਾਇਆ ਤੱਕ ਨਹੀਂ, ਮੈਨੂੰ ਵੇਖ ਕੇ ਚਲੋ ਨਿਕਲ ਗਿਆ, ਚਲੋ ਨਹੀਂ ਵੇਖ ਨਹੀਂ ਨਹੀਂ ਬੁਲਾਉਣਾ ਚਾਹੁੰਦਾ ਕੋਈ ਦਿੱਕਤ ਨਹੀਂ ਆ, ਬਟ ਤੁਸੀਂ ਉਸ ਤੋਂ ਬਾਅਦ ਮੈਨੂੰ ਬਹੁਤ ਗਾਣੇ ਲਈ ਫੋਨ ਕਰ ਰਹੇ ਹੋ, ਅਤੇ ਮੈਨੂੰ ਮੈਂ ਇਹਨੂੰ ਕਿਹਾ, ਫਿਰ ਉਸ ਟਾਈਮ ਮੈਨੂੰ ਕਿਹਾ ਵੀ ਐਵੇਂ ਤਾਂ ਐਵੀ ਸੂਟ ਪੰਜਾਬੀ ਗਾਣਾ ਵੀ ਮਾਨਕ ਨੇ ਲਿਖਿਆ ਸੀ, ਅਸੀਂ ਨਾਮ ਉਹਦਾ ਵੀ ਪਾ ਸਕਦੇ ਸੀ, ਇਹਨੇ ਮੈਨੂੰ ਅੱਗੇ ਜਵਾਬ ਦਿੱਤਾ ਵੀ ਵੀਰੇ ਪਾ ਲੈਂਦੇ, ਮੈਂ ਕਿਹੜਾ ਰੁਕਿਆ ਸੀਗਾ। ਹੁਣ ਉੱਥੇ ਮੈਨੂੰ ਪਤਾ ਨਾ ਵੀ ਮਾਨਕ ਨੇ ਮੈਨੂੰ ਕੀ ਗੱਲ ਕਹੀ ਸੀ, ਅਤੇ ਹੁਣ ਸਿਰਫ ਤੁਹਾਨੂੰ ਵੀਰੇ ਇਹ ਗੱਲ ਲੱਗਦੀ ਆ ਵੀ ਜਿਹੜਾ ਧਾਲੀਵਾਲ ਵਰਲਡ ਆ ਉਹ ਸ਼ਾਇਦ ਐਵੀ ਦਾ, ਵੀਰੇ ਧਾਲੀਵਾਲ ਕੋਈ ਵੀ ਹੋ ਸਕਦਾ, ਅਤੇ ਤੁਸੀਂ ਜੇ ਕੋਈ ਜਿਹੜੇ ਮਾਨਕ ਦੇ ਪਹਿਲੇ ਦਿਨ ਤੋਂ ਫੋਲੋ ਕਰਦੇ ਆ ਅਤੇ ਉਹਨਾਂ ਨੂੰ ਇਹ ਚੀਜ਼ਾਂ ਚੰਗੇ ਤਰੀਕੇ ਨਾਲ ਪਤਾ ਵੀ ਉਹਦੇ 'ਤੇ ਕਮਲ ਧਾਲੀਵਾਲ ਨੈਵਰ ਫੋਰਗੈਟ ਲਿਖ ਕੇ ਪਾਇਆ ਹੋਇਆ, ਕਿਉਂਕਿ ਉਸ ਵੀਰੇ ਦੀ ਡੈਥ ਹੋ ਚੁੱਕੀ ਆ ਅਤੇ ਉਹਦਾ ਇਹ ਬਹੁਤ ਜ਼ਿਆਦਾ ਪਿਆਰ ਕਰਦਾ ਇਸ ਕਰਕੇ, ਅਤੇ ਹਰੇਕ ਗਾਣੇ 'ਚ ਉਹਦਾ ਨਾਂ ਪੈਂਦਾ, ਅਤੇ ਹੁਣ ਅੱਗੇ ਅਸੀਂ ਇਹੀ ਅੱਗੇ ਵੀ ਧਾਲੀਵਾਲ ਪਊਗਾ, ਹਾਂ ਅੱਗੇ ਵੀ ਪਊਗਾ ਧਾਲੀਵਾਲ, ਉਹਦੇ ਚ ਜਸ ਮਾਨਕ ਦਾ ਨਾਮ ਨੀ ਪਾਇਆ ਹੈਸ਼ਟੈਗ ਦੇ ਵਿੱਚ, ਸਿਰਫ ਐਵੀ ਧਾਲੀਵਾਲ ਵੀਰੇ ਸਿਸਟ। ਬਈ ਜੇ ਤੁਹਾਨੂੰ ਇੰਨੀ ਜ਼ਿਆਦਾ ਪ੍ਰੋਬਲਮ ਆ ਤੇ ਤੁਸੀਂ ਬੌਸ ਗਾਣੇ ਲਈ ਕਿਉਂ ਨੀ ਕਿਹਾ ਵੀ 3.5 ਮਹੀਨੇ ਉਹਦੀ ਚੈਨਲ ਤੇ ਗਾਣੇ ਪਏ ਨੂੰ, ਤੁਸੀਂ ਉਦੋਂ ਫੋਨ ਕਰੋ। ਬਸ ਉਨ ਅਸੀਂ ਉਹਦੇ 'ਤੇ ਕੋਈ ਵੀ, ਚਲੋ ਹੋਰ ਬਹੁਤ ਗੱਲਾਂ ਹੋਈਆਂ ਪਰਸਨਲ ਜੋ ਕਿ ਮੈਂ ਕਰਨਾ ਨਹੀਂ ਚਾਹੁੰਦਾ, ਠੀਕ ਹੈ ਜੀ, ਉਹਨਾਂ ਨੂੰ ਲੈ ਕੇ ਸਾਨੂੰ ਉਹਨਾਂ 'ਤੇ ਪ੍ਰੋਬਲਮਾਂ ਸੀ, ਠੀਕ ਹੈ ਜੀ, ਕੁਛ ਵੀ ਗੱਲਾਂ ਸੀ, ਅਸੀਂ ਕੁਛ ਵੀ ਨਹੀਂ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ, ਨਾ ਕੋਈ ਲੈਣਾ ਕੋਈ ਦੇਣਾ ਸੀ, ਬਟ ਇਹ ਖਾਰ ਖਾਂਦਾ ਸੀਗਾ ਸਿਰਫ ਮਾਨਕ ਤੋਂ। ਮੈਂ ਤੁਹਾਨੂੰ ਜੀ 2-3 ਵਾਰੀ ਮਿਲਿਆ ਆ ਗੁਰਦੁਆਰੇ ਖੜਿਆ, ਉਹਨੂੰ ਲਿਟਰਲੀ ਇਹ ਗੱਲ ਕਹੀ ਸੀ ਗੁਰੀ ਲਈ ਅਤੇ ਦੀਪ ਚੰਡੂ ਲਈ ਗਾਣਾ ਦੇ ਦੇ ਵੀ ਕਿੰਨਾ, ਉਹਨੇ ਮੈਨੂੰ ਕਿਹਾ ਵੀ ਠੀਕ ਹੈ ਵੀਰੇ। ਉਸ ਤੋਂ ਬਾਅਦ ਕਦੀ ਉਹ ਪਿਓ ਦੇ ਪੁੱਤਰ ਦਾ ਕੋਈ ਮੈਸੇਜ ਹੀ ਨਹੀਂ ਆਇਆ ਮੈਨੂੰ, ਅਤੇ ਆਪਾਂ ਤਾਂ ਜੀ ਦੇਖੋ ਨਿਊ ਟੈਲੈਂਟ ਨੂੰ ਸਪੋਰਟ ਕਰਦੇ ਹਾਂ, ਮਾਨਕ ਹਾਲੇ 19 ਸਾਲਾਂ ਦਾ ਜੀ, ਠੀਕ ਆ 19 ਸਾਲਾਂ ਦਾ, ਅਤੇ ਜਿੱਦਣ ਦਾ ਚੰਡੀਗੜ੍ਹ ਆਇਆ ਇਹ ਅੱਜ ਸਿਰਫ ਰੋਇਆ ਮੇਰੇ ਕੋਲ ਉਹਦੀ ਗੱਡੀ 'ਚ, ਅਤੇ ਰੋਇਆ ਕੀ, ਰੋਣ ਦਾ ਕਾਰਨ ਦੱਸਿਆ ਕੀ ਸੀ, ਇਹ ਨਹੀਂ ਪਈ ਇਹਦੀ ਬਦਨਾਮੀ ਹੋ ਰਹੀ ਆ, ਰੋਣ ਦਾ ਕਾਰਨ ਸਿਰਫ ਇਹ ਸੀਗਾ ਵੀ ਇਹ ਤਾਂ ਐਵੀ ਧਾਲੀਵਾਲ ਨੇ ਦੋਵਾਂ ਨੇ ਇਕੱਠਿਆਂ ਨੇ ਰੋਟੀ ਖਾਧੀ ਆ ਅਤੇ ਅੱਜ ਉਹ ਕੀ ਕੁਛ ਕਰ ਰਿਹਾ, ਠੀਕ ਆ। ਹੁਣ ਰਹੀ ਗੱਲ ਦੂਜੀ, ਉਹਨੇ ਇੱਕ ਐਵੀ ਨੇ ਵੀਡੀਓ ਦੇ ਵਿੱਚ ਇਹ ਗੱਲ ਕਹੀ ਆ ਵੀ ਮੈਂ ਵੀ ਉਹਨਾਂ ਨੇ ਗਲਤ ਪੰਗਾ ਲੈ ਲਿਆ, ਮੈਂ ਹੁਣ ਦਿਖਾਊਂਗਾ ਵੀ ਕੀ ਚੀਜ਼ ਆ ਮੈਂ, ਹੈ ਨਾ, ਇਹ ਕਹਿੰਦਾ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜੋ ਕਰਨਾ ਕਰ ਲਿਓ,
ਮੈਂ ਕਿਹਾ ਵੀ ਇਹਨੇ ਮੈਨੂੰ ਕਿਹਾ ਵੀ ਵੀਰੇ ਮੈਂ ਫਿਰ ਮੇਰਾ ਨਾਮ ਮੈਂ ਕਾਪੀਰਾਈਟ ਕਰੂੰਗਾ। ਮੈਂ ਕਿਹਾ ਵੀਰੇ ਵੀ ਜੇ ਤੇਰੇ ਕੋਲ ਕਾਗਜ਼ ਹੈਗੇ ਤੂੰ ਕਰ ਲਈ ਕਾਪੀਰਾਈਟ। ਮੈਂ ਫਿਰ ਉਸੇ ਜਿਹੜੇ ਮੁੰਡੇ ਨੇ ਸੂਟ ਪੰਜਾਬੀ ਗਾਣਾ ਦਵਾਏ ਰੰਧਾਵੇ ਵੀਰੇ ਨੂੰ ਮੈਂ ਕਿਹਾ ਵੀ ਇੱਦਾਂ ਕਰਕੇ ਗੱਲ ਹੋਈ ਆ, ਰੰਧਾਵੇ ਨਾਲ ਇਹਨੇ ਗੱਲ ਕੀਤੀ ਆ ਅਤੇ ਰੰਧਾਵੇ ਨੂੰ ਸ਼ਰਿਆਮ ਵੀ ਪੁੱਛਾ ਬੋਲਿਆ ਵੀ ਮੇਰੇ ਤੋਂ ਜੋ ਹੋਊਗਾ ਮੈਂ ਆਪਦੀ ਬਾਹਰ ਲਾਊਂਗਾ। ਅਤੇ ਜਦੋਂ ਪੋਸਟਰ ਆਇਆ ਜੀ ਇਹਨੇ ਵਾਇਰਲ ਕਰਤਾ ਅਤੇ ਸਾਰੇ ਇੰਸਟਾਗ੍ਰਾਮਾਂ ਨੂੰ ਆਪ ਮੈਸੇਜ ਕੀਤਾ, ਠੀਕ ਹੈ ਜੀ, ਆਪ ਪੇਜ ਐਡਮਿਨਾਂ ਨੂੰ ਆਪ ਮੈਸੇਜ ਕੀਤਾ ਵੀ ਮੇਰੇ ਨਾਲ ਧੱਕਾ ਹੋ ਰਿਹਾ। ਹੁਣ ਜੱਟ ਵੀ ਲਾਈਕ ਵਾਲੇ, ਜੱਟ ਵੀ ਲਾਈਕ ਵਾਲੇ ਵੀਰੇ ਲਾਈਵ ਹੋ ਗਏ, ਠੀਕ ਹੈ ਜੀ, ਉਹਨਾਂ ਨੂੰ ਜਦੋਂ ਮੈਟਰ ਹੀ ਨਹੀਂ ਪਤਾ ਹੋ ਗਏ ਚਲੋ ਲਾਈਵ। ਜੱਟ ਵੀ ਲਾਈਕ ਜਦੋਂ ਲਾਈਵ ਹੋਇਆ ਉਸ ਤੋਂ ਬਾਅਦ 15 ਮਿੰਟ ਮੈਂ ਉਹਨਾਂ ਦੇ ਨਾਲ ਆਪ ਫੋਨ 'ਤੇ ਗੱਲ ਕੀਤੀ ਆ, ਸਾਰੀ ਏ ਟੂ ਜੱਟ ਗੱਲ ਕਰਾਈ ਆ, ਠੀਕ ਆ। ਮੈਂ ਉਹਨਾਂ ਨੂੰ ਕਿਹਾ ਵੀ ਵੀਰੇ, ਉਹ ਕਹਿੰਦੇ ਵੀ ਵੀਰੇ ਤੁਸੀਂ ਸਾਡੇ ਨਾਲ ਲਾਈਵ ਹੋ ਜਾਓ, ਬਟ ਅਸੀਂ ਉਸ ਟਾਈਮ ਸੋਚਿਆ ਨਹੀਂ ਸੀ ਅਸੀਂ ਲਾਈਵ ਹੋਣਗੇ, ਬਟ ਅਸੀਂ ਫਿਰ ਜਦੋਂ ਇੱਥੇ ਪਿੰਡ ਆਇਆ ਇਹਦੇ ਯਾਰਾਂ ਦੋਸਤਾਂ ਨੂੰ ਇਹਦੀ ਮੰਮੀ ਨੂੰ ਆ ਕੇ ਮਿਲਿਆ ਅਤੇ ਉਹਨਾਂ ਨੇ ਇਹ ਗੱਲ ਕਹੀ ਵੀ ਉਹਨੇ ਗੁਰਦੁਆਰੇ ਦੀ ਗੱਲ ਕੀਤੀ ਆ ਅਤੇ ਤੁਸੀਂ ਗੁਰਦੁਆਰੇ ਜਾ ਕੇ ਲਾਈਵ ਹੋ ਜਾਓ ਜਦੋਂ ਹੀ ਸੱਚਿਆਂ ਦਾ। ਅਤੇ ਅਸੀਂ ਗੁਰਦੁਆਰੇ ਹੀ ਖੜ੍ਹੇ ਹਾਂ, ਨਾ ਹੀ ਅੱਜ ਤਾਈਂ ਕਿਸੇ ਨਾਲ ਧੱਕਾ ਕੀਤਾ, ਨਾ ਅਸੀਂ ਕਰਾਂਗੇ, ਠੀਕ ਆ। ਹੁਣ ਦੂਜੀ ਗੱਲ, ਹੁਣ ਇਸ ਤੋਂ ਬਾਅਦ ਅਸੀਂ ਸਿੱਧੇ ਪਿੰਡ ਦੇ ਸਰਪੰਚ ਕੋਲ ਜਾਵਾਂਗੇ, ਆਹ ਜਿਹੜੇ ਕਾਗਜ਼ ਆ ਅਸੀਂ ਉਹਨਾਂ ਨੂੰ ਉੱਥੇ ਜਾ ਕੇ ਦਿਖਾਵਾਂਗੇ, ਠੀਕ ਆ, ਉੱਥੇ ਵੀ ਅਸੀਂ ਲਾਈਵ ਹੋਵਾਂਗੇ ਉੱਥੇ ਜਾ ਕੇ ਵੀ। ਅਤੇ ਰਹੀ ਗੱਲ ਅਸੀਂ ਹੁਣ ਇੱਕ ਉਹਨੇ ਇਹ ਵੀ ਗੱਲ ਕਹੀ ਸੀ ਵੀ ਉਹ ਕਹਿੰਦੇ ਵੀ ਅਸੀਂ ਤੇਰੇ 'ਤੇ ਐਫ ਆਈ ਆਰ ਕਰਾਵਾਂਗੇ। ਬਾਈ ਜਦੋਂ ਤੁਸੀਂ ਹਰੇਕ ਇੰਨੀਆਂ ਥਾਵਾਂ 'ਤੇ ਜਾ ਕੇ ਸਾਡੀ ਬੇਇੱਜ਼ਤੀ ਕਰ ਰਹੇ ਹੋ ਅਸੀਂ ਵੀ ਮੈਂਟਲੀ ਅਪਸੈਟ ਹੁੰਦੇ ਹਾਂ, ਅਸੀਂ ਵੀ ਬੰਦੇ, ਅਸੀਂ ਵੀ ਇਨਸਾਨ ਹਾਂ, ਸਾਨੂੰ ਵੀ ਟੈਨਸ਼ਨ ਹੁੰਦੀ ਆ, ਸਾਡੀ ਵੀ ਫੈਮਿਲੀ ਆ, ਸਾਡੀ ਵੀ ਕੋਈ ਇੱਜ਼ਤ ਆ, ਅਸੀਂ ਕੇਸ ਕਰਨ ਮਾਣ ਹਾਂ, ਨਹੀਂ ਤਾਂ ਕੇਸ ਕਰੀਏ ਜੋ ਮਰਜ਼ੀ ਕਰੀਏ। ਅਸੀਂ ਕੋਈ ਉਹਨੂੰ ਫੋਨ ਕਰਕੇ ਉਹਨੂੰ ਪੁੱਛ ਲਓ ਜੇ ਮੈਂ ਜਾਂ ਮਾਣਕ ਨੇ ਉਹਨੂੰ ਇੱਕ ਵੀ ਫੋਨ ਲਾਇਆ ਹੋਵੇ, ਹਾਂ, ਪਰ ਉਹਦਾ ਅਸੀਂ ਉਹਦੇ ਮਿੱਤਰਾਂ ਤੋਂ ਫੋਨ ਕਰਾ ਰਹੇ ਹਾਂ ਵੀ ਉਹਦੇ ਪਿੰਡ ਆਇਆ ਵੀ ਉਹ ਸਾਨੂੰ ਮਿਲ ਲਏ, ਬਟ ਉਹ ਸਵੇਰ ਦਾ ਫੋਨ ਬੰਦ ਕਰਕੇ ਬੈਠਾ ਹੋਇਆ, ਸਿਰਫ ਇੰਸਟਾਗ੍ਰਾਮ 'ਤੇ ਸਟੋਰੀਆਂ ਪਾ ਰਿਹਾ, ਫੋਟੋਆਂ ਪਾ ਰਿਹਾ ਵੀ ਬਸ ਆਪਦੀ ਬੱਲੇ ਬੱਲੇ ਨਾ ਖੁਸ਼ ਆ। ਜਦੋਂ ਦੋ ਆਰਟਿਸਟ ਇਕੱਠੇ ਰਹਿੰਦੇ ਹੁੰਦੇ ਆ ਨਾ ਜੀ ਇੱਕ ਘਰ 'ਚ, ਮੈਂ ਪਿਛਲੇ 5 ਸਾਲ ਤੋਂ ਇੰਡਸਟਰੀ 'ਚ ਹਾਂ, ਜਦੋਂ ਦੋ ਆਰਟਿਸਟ ਇਕੱਠੇ ਰਹਿੰਦੇ ਦੂਜੇ ਤੋਂ ਕਦੀ ਖੁਸ਼ ਨਹੀਂ ਹੋ ਸਕਦਾ, ਸ਼ਾਇਦ ਉਹਨੂੰ ਪਰਸਨਲੀ ਇਹਨਾਂ ਤੋਂ ਪ੍ਰੋਬਲਮ ਸੀਗੀ, ਠੀਕ ਆ, ਅਤੇ ਅੱਜ ਉਹ ਖੁਸ਼ ਹੋਊਗਾ ਕਿਉਂਕਿ ਇਹਦੀ ਤੁਸੀਂ ਨੈਗੇਟਿਵਿਟੀ ਫੈਲ ਰਹੀ ਆ, ਸਾਰਾ ਕੁਛ ਹੋ ਰਿਹਾ, ਠੀਕ ਆ, ਇਹਨਾਂ ਚੀਜ਼ਾਂ ਨੂੰ ਲੈ ਕੇ। ਬਟ ਅਸੀਂ ਇਹੀ ਰਿਕੁਐਸਟ ਤੁਹਾਡੇ ਅੱਗੇ ਕਰਾਂਗੇ ਵੀ ਸਾਡਾ ਕੋਈ ਵੀ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ, ਆ ਗੁਰਦੁਆਰੇ ਸਾਹਿਬ ਖੜ੍ਹੇ ਹਾਂ, ਇਸ ਤੋਂ ਬਾਅਦ ਇੱਕ ਲਾਈਵ ਜ਼ਰੂਰ ਹੋਵਾਂਗੇ, ਉਹ ਜਾ ਕੇ ਸਰਪੰਚ ਸਾਹਿਬ ਕੋਲ ਹੋਵਾਂਗੇ। ਅਤੇ ਜੇ ਵੀਰ ਭਾਈ ਉਹ ਵੀਰਾ ਉਹਦਾ ਜੋ ਕਿ ਮਿੱਤਰ ਹੈ ਵੀਡੀਓ ਦੇਖ ਰਿਹਾ ਕਿ ਅਸੀਂ ਘੰਟਾ ਇੱਥੇ ਹੀ ਹਾਂ, ਜੇ ਉਹਨਾਂ ਨੇ ਸਾਨੂੰ ਮਿਲਣਾ 8 ਵਜੇ ਤੱਕ 3 ਘੰਟੇ, ਉਸ ਤੋਂ ਬਾਅਦ ਅਸੀਂ ਉਹ ਲਾਸਟ ਲਾਈਵ ਹੋਊਗਾ ਜੀ ਸਾਡਾ, ਉਸ ਤੋਂ ਬਾਅਦ ਨਾ ਹੀ ਤਾਂ ਅਸੀਂ ਕੋਈ ਉਸ ਤੋਂ ਬਾਅਦ ਉਹਦੇ ਲਈ ਕੁਛ ਬੋਲਾਂਗੇ। ਜਿਨ੍ਹਾਂ ਨੇ ਸਾਨੂੰ ਗਲਤ ਬੋਲਣਾ ਜੀ ਉਹ ਤੁਹਾਨੂੰ ਸਹੀ ਲੱਗਦਾ ਤਾਂ ਸਾਨੂੰ ਬੋਲੀ ਆਇਓ ਜੀ, ਪਰ ਅਸੀਂ ਗੁਰਦੁਆਰੇ ਆ ਗਏ, ਇਸ ਤੋਂ ਉੱਤਰ ਕੁਛ ਨਹੀਂ ਹੈਗਾ, ਹੈ ਨਾ। ਹੁਣ ਮੈਂ ਇੱਕ ਗੱਲ ਹੋਰ ਕਹਿੰਦਾ, ਉਹ ਵੀ ਆ ਸਕਦਾ ਗੁਰਦੁਆਰੇ, ਮੈਂ ਨਹੀਂ ਕਹਿੰਦਾ ਵੀ ਉਹ ਨਹੀਂ ਆ ਸਕਦਾ, ਉਹ ਵੀ ਆ ਸਕਦਾ, ਬਟ ਅਸੀਂ ਜੇ ਸੱਚੇ ਸੀ ਅਸੀਂ ਉੱਥੇ ਚੰਡੀਗੜ੍ਹ ਰਹਿ ਕੇ ਵੀ ਵੀਡੀਓ ਪਾ ਸਕਦੇ ਸੀਗੇ, ਠੀਕ ਆ, ਬਟ ਇੱਦਾਂ ਦਾ ਅਸੀਂ ਕੁਛ ਨਹੀਂ ਕੀਤਾ। ਪਹਿਲਾਂ ਅਸੀਂ ਥਾਣੇ ਵੀ ਗਏ ਹਾਂ ਕਿਉਂਕਿ ਅਸੀਂ ਸਿੱਧਾ ਉਹਦੇ ਘਰ ਜਾਂਦੇ ਅਤੇ ਉਹ ਕੋਈ ਵੀ ਸਾਡੇ 'ਤੇ ਬਲੇਮ ਲਾ ਸਕਦਾ ਸੀਗਾ। ਮੈਂ ਸਭ ਤੋਂ ਪਹਿਲਾਂ ਥਾਣੇ ਗਿਆ ਵਾਂ ਇੱਥੇ SHO ਸਰ ਕੋਲ, ਉਹਨਾਂ ਦੇ ਕੋਲ, ਉਹਨਾਂ ਨੂੰ ਜਾ ਕੇ ਦੱਸੀਏ ਸਾਰੀ ਗੱਲਬਾਤ। ਉਹ ਸਾਡੇ ਨਾਲ ਉਹਦੇ ਘਰ ਗਏ ਨੇ ਜੋ ਕਿ ਉਹ ਘਰ ਨਹੀਂ ਮਿਲਿਆ ਸਾਨੂੰ, ਮੇਰਾ ਵੱਡਾ ਬ੍ਰਦਰ ਗੋਰਾ ਜੀ ਗੋਰਾ ਕਿਉਂਕਿ ਨਾਲ ਗਿਆ ਸੀਗਾ, ਮੈਂ ਆਪ ਖੁਦ ਨਹੀਂ ਗਿਆ ਅਤੇ ਉਹ ਨਹੀਂ ਮਿਲਿਆ। ਅਤੇ ਹੁਣ ਅਸੀਂ ਇਸ ਤੋਂ ਬਾਅਦ ਪੰਚਾਇਤ ਕੋਲ ਜਾਵਾਂਗੇ, ਗੋਰੇ ਤੂੰ ਕੁਛ ਕਹਿਣਾ ਚਾਹੀਦਾ ਕਹਿ ਦਿੱਤਾ। ਗੱਲ ਇਹ ਆ ਵੀ ਆਪ ਸਭ ਨੂੰ ਪਤਾ ਹੀ ਆ ਕਿ ਉਹਨੇ ਕੁਛ ਵੀਡੀਓ ਬੋਲਿਆ ਜਾਂ ਕੁਝ ਵੀ ਕਰਿਆ, ਹੈ ਨਾ, ਆਪੋ ਆਪਣੀ ਥਿੰਕਿੰਗ ਹੁੰਦੀ ਆ, ਆਪੋ ਆਪਣੀ ਸੋਚ ਆ, ਪਰ ਸਭ ਤੋਂ ਜ਼ਰੂਰੀ ਕੀ ਆ, ਜਦੋਂ ਪਿੰਡ ਵਾਸ ਦੀ ਗੱਲ ਹੁੰਦੀ ਆ, ਜਦੋਂ ਇੱਕ ਪਿੰਡ ਦੇ ਨੇ ਦੋਨੋਂ, ਜੇ ਉਹਨੂੰ ਕੋਈ ਪ੍ਰੋਬਲਮ ਸੀਗੀ ਛੋਟੇ ਵੀਰ ਨੂੰ, ਉਹ ਮਿਲ ਕੇ ਗੱਲ ਕਰ ਸਕਦਾ ਸੀ। ਇੱਕ ਗੱਲ ਹੋਰ ਦੱਸਦਾ, ਮਾਨਕ ਦੀ ਉਮਰ 19 ਸਾਲ ਦੀ ਆ ਅਤੇ ਆਈ ਥਿੰਕ ਸ਼ਾਇਦ ਵੀਰੇ ਦੀ ਉਮਰ 21 ਸਾਲ ਦੀ ਆ, 2 ਸਾਲ ਮਾਨਕ ਤੋਂ ਵੱਡਾ ਹੀ ਆ, ਛੋਟਾ ਨਹੀਂ ਹੈਗਾ। ਜ਼ਿੰਦਗੀ ਦੇ ਵਿੱਚ ਜੋ ਜਿਹਦੀ ਕਿਸਮਤ 'ਚ ਲਿਖਿਆ ਉਹ ਮਿਲ ਕੇ ਹੀ ਰਹਿਣਾ, ਮੈਂ ਤੁਸੀਂ ਜਾਂ ਕੋਈ ਵੀ ਕਿਸੇ ਦੇ ਹੱਕ ਤਾਂ ਖੋਲੂਗਾ, ਪਰ ਕਿਸਮਤ ਜੋ ਕੁਦਰਤ ਕਰਦੀ ਆ ਉਹ ਕਿਸੇ ਤੋਂ ਕੋਈ ਨਹੀਂ ਹੋ ਸਕਦਾ। ਜੇ ਅੱਜ 4 ਬੰਦੇ ਜਿਨ੍ਹਾਂ ਤੱਕ ਉਹਨੇ ਮੈਸੇਜ ਪਹੁੰਚਦਾ ਕੀਤਾ, ਉਹ ਜੇ ਉਹ ਆਪਦੇ ਉਹ ਮੈਸੇਜ ਨੂੰ ਸੁਣ ਕੇ ਜਾਂ ਕੁਝ ਬੰਦੇ ਉਹ ਚੀਜ਼ ਨੂੰ ਗਲਤ ਮੰਨਦੇ ਆ ਵੀ ਸਾਡੇ ਵੱਲੋਂ ਧੱਕਾ ਹੋਇਆ, ਪਰ ਇਹ ਗੱਲ ਕਦੇ ਵੀ ਨਹੀਂ ਧੱਕਾ ਉਹਦੇ ਨਾਲ ਕੀ ਧੱਕਾ ਕਰਨ ਲੱਗੇ ਤਾਂ 1000 ਵੀ ਨਹੀਂ। ਕਿਸੇ ਆਮ ਜਦੋਂ ਕੋਈ ਆਮ ਜ਼ਿੰਦਗੀ 'ਚ ਗੱਲਾਂ ਵੀ ਹੁੰਦੀਆਂ ਨਾ, ਧੱਕਾ ਤਾਂ ਉਦੋਂ ਵੀ ਨਹੀਂ ਹੁੰਦਾ। ਅਸੀਂ ਰਾਹ 'ਚ ਆਉਂਦੇ ਵੀ ਇਹ ਗੱਲ ਸੋਚਦੇ ਸੀ ਵੀ ਜੋ ਉਹਨੇ ਕਰਿਆ ਜਾਂ ਜੋ ਉਹਨੇ ਬੋਲਿਆ ਜਾਂ ਕੁਛ ਬੰਦਿਆਂ ਨੇ ਜਾਂ ਕੁਝ ਲੋਕਾਂ ਨੇ ਬੋਲਿਆ ਉਹਨੂੰ ਅਸੀਂ ਗਲਤ ਨਹੀਂ ਕਹਿੰਦੇ, ਕਿਉਂਕਿ ਉਹਨਾਂ ਦੀ ਸੋਚ ਆ ਅਤੇ ਉਹਨਾਂ ਦਾ ਰਾਈਟਸ ਆ, ਉਹ ਕਿਸੇ ਬਾਰੇ ਕੁਝ ਵੀ ਬੋਲ ਸਕਦੇ ਆ। ਪਰ ਅਸੀਂ ਉਹਨਾਂ ਲੱਖਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 19 ਸਾਲ ਦੇ ਮੁੰਡੇ ਨੂੰ, ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਇਹਨੂੰ ਇੱਥੇ ਅੱਜ ਬਚਾਇਆ। ਅੱਜ ਲੱਖਾਂ ਅਸੀਂ ਮਾਲਕ ਅੱਗੇ ਖੜ੍ਹ ਕੇ ਅਰਦਾਸ ਬੇਨਤੀ ਕਰਦੇ ਹਾਂ, ਸਾਨੂੰ 4 ਬੰਦਿਆਂ ਦਾ ਗੁੱਸਾ ਨਹੀਂ, ਸਾਨੂੰ ਉਹਨਾਂ ਲੱਖਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਲੱਖਾਂ ਬੰਦੇ ਇਹਦੇ ਨਾਲ ਜੁੜੇ ਹੋਏ ਨੇ। ਮਾਲਕ ਨੇ ਠੀਕ ਆ ਸਾਰਿਆਂ ਨੂੰ ਤਾਂ ਖੁਸ਼ ਕਰ ਨਹੀਂ ਸਕਦੇ, ਹਰ ਕੋਈ ਖੁਸ਼ ਹੋ ਵੀ ਨਹੀਂ ਸਕਦਾ, ਪਰ ਮਾਲਕ ਅੱਗੇ ਇਹੀ ਅਰਦਾਸ ਬੇਨਤੀ ਕਰਦੇ ਹਾਂ ਪ੍ਰਮਾਤਮਾ
ਸੱਚੇ ਦਿਲੋਂ ਅਰਦਾਸ ਕਰਦੇ ਹਾਂ, ਗੁਰੂ ਘਰ ਖੜ ਕੇ ਬੰਦਾ ਇਹ ਗੱਲ ਕਹਿੰਦੇ ਹਾਂ ਵੀ ਪਰਮਾਤਮਾ ਉਹਨੂੰ ਤਰੱਕੀ ਹੀ ਦੇਵੇ ਜਿੱਥੇ ਵੀ ਹੈ। ਪਰ ਹਾਂ, ਕਿਸੇ ਨੂੰ ਮਾੜਾ ਚੰਗਾ ਬੋਲਣ ਦੇ ਨਾਲ ਕੋਈ ਵੱਡਾ ਨਹੀਂ ਹੋ ਜਾਂਦਾ, ਕਿਸੇ ਨੂੰ ਨੀਚਾ ਦਿਖਾਉਣ ਦੇ ਨਾਲ ਵੱਡਾ ਨਹੀਂ ਹੋ ਜਾਂਦਾ, ਕਿਉਂਕਿ ਜ਼ਿੰਦਗੀ ਛੋਟੀ ਜਿਹੀ ਆ, ਅਸੀਂ ਇੱਕ ਦੂਜੇ ਨੂੰ ਮਿਲਦੇ ਹੀ ਰਹਿਣਾ। ਜੇ ਅੱਜ ਇਹ ਗੱਲ ਨੂੰ ਅਸੀਂ ਖਤਮ ਕਰ ਸਕਦੇ ਹਾਂ, ਖਤਮ ਕਰਨ ਹੀ ਆਏ ਹਾਂ, ਸਵੇਰ ਦੇ ਆਏ ਹੋਏ ਹਾਂ, ਦੋ ਕੋਸ਼ਿਸ਼ਾਂ ਕੀਤੀਆਂ ਉਹਦੇ ਤੱਕ ਪਹੁੰਚਣ ਦੀਆਂ, ਦੋਨੇ ਵਾਰੀ ਘਰੇ ਮੈਂ ਖੁਦ ਗਿਆ, ਮੈਂ ਗੁਰਦੁਆਰਾ ਸਾਹਿਬ ਖੜ੍ਹਾ, ਮੈਂ ਖੁਦ ਉਹਦੇ ਘਰੇ ਗਿਆ ਵਾਂ, ਉਹਦੀ ਮੰਮੀ ਸੀ ਘਰੇ, ਸ਼ਾਇਦ ਇੱਕ ਕੋਈ ਉਹਦੀ ਭੈਣ ਸੀਗੇ ਸਾਡੇ ਨਾਲ, ਪੁਲਿਸ ਵੀ ਗਈ ਆ। ਕਿਉਂ ਗਈ ਹੈ? ਕਿਉਂਕਿ ਜਦੋਂ ਗਾਲਾਂ ਕੱਢਦਾ, ਗਾਲਾਂ ਕੱਢ ਕੇ ਸਾਨੂੰ ਬਲੇਮ ਕਰਦਾ, ਠੀਕ ਹੈ ਜੀ, ਚੋਰ ਤੱਕ ਸ਼ਬਦ ਉਹਨੇ ਵਰਤਿਆ। ਜੇ ਹੁਣ ਉਹਦਾ ਜਵਾਬ ਦੇਣ ਵੀ ਲੈ ਜਾਵਾਂਗੇ ਤਾਂ ਫਿਰ ਸਾਡੇ ਲਈ ਮਾੜੀ ਗੱਲ ਆ। ਹੁਣ ਵੀ ਅਸੀਂ ਉਹਦੇ ਘਰੇ ਜਾ ਰਹੇ ਹਾਂ, ਮੀਨਸ ਪੰਚਾਇਤ ਜੋ ਸਰਪੰਚ ਪਿੰਡ ਦਾ ਸਾਂਝਾ ਬੰਦਾ ਹੁੰਦਾ ਉਹਦੇ ਕੋਲ ਵੀ ਜਾਵਾਂਗੇ। ਬਾਈ ਜੀ 5:30 ਆਈ ਥਿੰਕ, ਹਾਂ 5:30 ਹੋਏ ਆ। ਪੰਜਾਬ ਜਾਂ ਚੰਡੀਗੜ੍ਹ ਜਾਂ ਮੋਹਾਲੀ ਕਿਸੇ ਵੀ ਕੋਨੇ 'ਚ ਹੋਈਏ, ਈਜ਼ੀ 2-2.5-3 ਘੰਟੇ 'ਚ ਬੰਦਾ ਪਹੁੰਚ ਸਕਦਾ। ਉਹ ਸਵੇਰ ਦਾ ਉਹਦੀ ਮੰਮੀ ਦੇ ਸ਼ਬਦ ਸੀ ਵੀ ਘਰੋਂ ਬੈਗ ਲੈ ਕੇ ਗਿਆ ਹੋਇਆ। ਅਸੀਂ ਫਿਰ ਵੀ ਬੇਨਤੀ ਕਰਦੇ ਹਾਂ ਸੋਸ਼ਲ ਮੀਡੀਆ ਦੇ ਜ਼ਰੀਏ, ਜੇ ਵੀ ਛੋਟਾ ਵੀਰ ਕਿਤੇ ਵੀ ਹੈਗਾ, ਉਹਦਾ ਪਿੰਡ ਆ, ਮਾਨਕ ਦਾ ਪਿੰਡ ਆ, ਅਸੀਂ ਤਾਂ ਫਿਰ ਦੂਜੇ ਪਿੰਡ ਦੇ ਹਾਂ, ਉਹ ਆਪਦੇ ਸਰਪੰਚ ਦੇ ਘਰੇ ਸਾਂਝੀ ਜਗ੍ਹਾ 'ਤੇ ਘਰੇ ਹੀ ਬਣਾਂਗੇ। ਘਰੇ ਜੇ ਤੁਹਾਨੂੰ ਕੋਈ ਪ੍ਰੂਫ ਕਰ ਦੂ ਕਿਸੇ ਵੀ ਤਰੀਕੇ ਕਹੂਗਾ, ਮੈਂ ਦੁਬਾਰਾ ਲਾਈਵ ਐਗਰੀ ਆ, ਮੈਂ ਦੁਬਾਰਾ ਲਾਈਵ ਹੋ ਜੂੰ ਜੇ ਕੁਝ ਵੀ ਜਿੰਦੇ ਕੋਲ ਕੁਝ ਵੀ ਆ ਐਗਰੀ ਮੇਰੇ ਸਾਹਮਣੇ ਖੜ ਕੇ ਮੈਂ ਕਹਿੰਦਾ ਮੈਂ ਦੁਬਾਰਾ ਸਿਰਫ ਗੁਰਦੁਆਰਾ ਸਾਹਿਬ ਹੁਣ ਦਾ ਕਾਰਨ ਇੱਕੋ ਹੀ ਸੀਗਾ, ਗੁਰਦੁਆਰਾ ਸਾਹਿਬ ਇਸ ਲਈ ਨਹੀਂ ਆਏ ਵੀ ਅਸੀਂ ਕੋਈ ਸਫਾਈ ਗੁਰੂ ਘਰ ਖੜ ਕੇ ਕਹਿੰਦੇ ਆ, ਗੁਰਦੁਆਰਾ ਸਾਹਿਬ ਹੋਣ ਦਾ ਕਾਰਨ ਇਹ ਸੀ ਉਹਨੇ ਉਹਦੇ ਸ਼ਬਦ ਸੀਗੇ ਵੀ ਜੇ ਤੁਸੀਂ ਸੱਚੇ ਆ ਤਾਂ ਗੁਰਦੁਆਰਾ ਸਾਹਿਬ ਤਰਨ ਸਾਹਿਬ ਸਾਡੀ ਜਗ੍ਹਾ ਹੈਗੀ ਆ, ਅਸੀਂ ਫਸਟ ਟਾਈਮ ਇੱਥੇ ਆਏ ਹਾਂ, ਸਾਨੂੰ ਨਹੀਂ ਇਹ ਚੀਜ਼ ਦਾ ਪਤਾ ਸੀ। ਉਹਦੇ ਬੋਲੇ ਹੋਏ ਸ਼ਬਦਾਂ 'ਤੇ ਜਿੱਥੇ ਉਹਨੇ ਕਿਹਾ ਉਹ ਜਗ੍ਹਾ 'ਤੇ ਆ ਕੇ ਅਸੀਂ ਮੱਥਾ ਟੇਕਿਆ। ਇੱਕ ਲਾਸਟ 'ਚ ਇੱਕ ਗੱਲ, ਅਤੇ ਉਹਨੇ ਇੱਕ ਫੋਟੋ ਪਾਈ ਆ, ਕਨਸੈਪਟ ਉਹਨੇ 2017 ਦੇ ਵਿੱਚ ਕੀਤਾ ਆ, ਕਨਸੈਪਟ ਸੀਗਾ ਇੱਕ ਗੱਡੀ ਦੇ ਉੱਤੇ। ਮੈਂ ਕਿਹਾ ਮੈਂ ਆਪਣੀ ਇੰਸਟਾਗ੍ਰਾਮ 'ਤੇ ਇੱਕ ਫੋਟੋ ਵੀ ਲੋਡ ਕੀਤੀ ਆ ਰੇਂਜ ਰੋਵਰ ਦੀ, ਉਹਦਾ ਬੌਸ ਨੰਬਰ ਆ, UK ਦੇ ਵਿੱਚ ਆ ਮੇਰੇ ਤਾਇਆ ਜੀ ਕੋਲ, ਮੈਂ ਉਹਦੇ ਉੱਤੇ ਕਨਸੈਪਟ ਤਿਆਰ ਕੀਤਾ ਸੀ, ਇਹ ਉਹਨੂੰ ਵੀ ਪਤਾ ਆ, ਅਤੇ ਇਹ ਕਨਸੈਪਟ ਸਾਰਾ ਮੇਰਾ ਸੀ, ਅਤੇ ਉਹਨੇ ਉਹਨੂੰ ਚੋਰੀ ਕਰਕੇ ਉਹਨੇ ਵੀਡੀਓ ਉਹਨੇ ਜੋ ਲਿਖ ਕੇ ਨਾ ਉੱਤੇ ਪਾਇਆ ਆ, ਅਤੇ ਉਹ ਗਾਣਾ ਸਾਰਾ ਮੈਂ ਰੈਡੀ ਕੀਤਾ। ਉਹਨੇ ਜਦੋਂ ਗਾਣਾ ਚੱਲ ਗਿਆ ਤਾਂ ਬਾਅਦ 'ਚ ਉਹ ਕਹਿ ਰਿਹਾ ਕਿ ਮੇਰਾ ਆ, ਉਹਦਾ ਕ੍ਰੈਡਿਟ ਮਾਰਨਾ ਚਾਹੁੰਦਾ ਆ। ਅਤੇ ਉਹਦਾ ਕਾਰਨ ਦੱਸ ਦਿੰਦਾ ਜੀ ਕੀ ਆ, ਉਹਦਾ ਕਾਰਨ ਇਹ ਆ, ਦੇਖੋ ਜੀ ਇੰਡਸਟਰੀ ਦੇ ਵਿੱਚ ਸੌਖਾ ਨਹੀਂ ਆਇਆ ਜਾਂਦਾ, ਅਤੇ ਜਦੋਂ ਕੋਈ ਕਹਿ ਦਿੰਦਾ ਨੇ ਲੈ ਜਸ ਮਾਣਕ ਨੂੰ ਤਾਂ ਆਪਾਂ ਬਣਾਇਆ, ਮੇਰਾ ਹੀ ਨਾਮ ਆ ਧਾਲੀਵਾਲ, ਮੇਰਾ ਹੀ ਆ, ਉਦੋਂ ਨਾ ਦੂਜੇ ਸਿੰਗਰ ਸੁਣ ਲੈਂਦੇ, ਅੱਛਾ ਤੇਰਾ ਗਾਣਾ, ਲੈ ਬਾਈ ਸਾਨੂੰ ਵੀ ਸੁਣਾ ਦੇ ਗਾਣੇ, ਇਹ ਹੁੰਦਾ ਬਈ ਕਾਰਨ। ਠੀਕ ਆ, ਹੁਣ ਰਹੀ ਗੱਲ, ਇੱਕ ਗੱਲ ਹੀ ਕਹਾਉਣਾ ਚਾਹੁੰਗਾ ਲਾਸਟ 'ਤੇ, ਅੱਜ ਸਵੇਰੇ ਮੈਨੂੰ ਅਸੀਂ ਸੁੱਤੇ ਨਹੀਂ ਆ, ਪਹਿਲੀ ਗੱਲ ਇਹ ਦੱਸ ਦਿੰਦੇ, ਸ਼ੂਟ ਸੀ ਕਹਿੰਦਾ ਸਵੇਰੇ 7 ਵਜੇ ਸ਼ੂਟ ਖਤਮ ਹੋਇਆ, ਅਤੇ ਅਸੀਂ ਘਰ ਆਏ, ਮੈਂ ਕਿਹਾ ਵੀ ਉਹਨੇ ਆਹ ਕੁਛ ਕਰਤਾ ਉਸਤਾਦ, ਅਤੇ ਕਹਿੰਦਾ ਵੀ ਵੀਰੇ ਮੈਂ ਆਪਦੇ ਮੰਮੀ ਨੂੰ ਅਤੇ ਆਪਦੇ ਚਾਚੀ ਨੂੰ ਉਹਨਾਂ ਦੇ ਘਰ ਭੇਜ ਦਿੰਦਾ ਵੀ ਉਹ ਜਾ ਕੇ ਗੱਲ ਕਰ ਆਉਣਗੇ, ਵੀ ਕੋਈ ਗੱਲ ਨਹੀਂ, ਆਪਣਾ ਮਿੱਤਰ ਆ ਕਿਸੇ ਟਾਈਮ 'ਤੇ, ਅਤੇ ਅੱਜ ਨਹੀਂ ਵੀ ਬਣਦੀ, ਕਹਿੰਦੀ ਮੰਮੀ ਗਈ ਹੈ ਜੀ, ਇਹਦਾ ਚਾਚਾ ਗਿਆ ਉਹਨਾਂ ਦੇ ਘਰ, ਅਤੇ ਲਾਸਟ 'ਚ ਉਹਨੇ ਇਹ ਗੱਲ ਕਹੀ ਆ ਵੀ ਤੁਸੀਂ ਮੇਰੇ ਤੋਂ ਮੰਗਣ ਆਏ ਹੋ। ਠੀਕ ਆ ਜੀ, ਆਹ ਗੱਲ ਕਹਿ ਕੇ ਵੀ ਤੁਸੀਂ ਭੀਖ ਮੰਗਣ ਆਏ ਮੇਰੇ ਤੋਂ, ਜਿਹੜੀ ਗੱਲ ਦਾ ਮੈਨੂੰ ਗੁੱਸਾ ਲੱਗਿਆ, ਸਾਡੇ ਗੁੱਸਾ ਹੀ ਆ ਗਿਆ, ਜਿਹੜੀ ਗੱਲ ਦਾ ਗੁੱਸਾ ਲੱਗਿਆ ਜਿਹਦੇ ਕਰਕੇ ਅਸੀਂ ਉਹਦੇ ਪਿੰਡ ਦਾ ਨਾਮ ਬਣਾ ਦੋ, ਕਰਦਾ ਮੇਰਾ ਹੁਣ ਵੀ ਪਿੰਡ ਦੇ ਵਿੱਚ ਨਾ ਪਾਓ, ਤੁਸੀਂ ਮੇਰੇ ਤੋਂ ਐਜ਼ ਏ ਮੰਗਣ ਆਏ ਆ ਕਿ ਮੇਰੀਆਂ ਜੋ ਮੈਂ ਪੋਸਟਾਂ ਪਾਈਆਂ ਉਹ ਡਿਲੀਟ ਕਰ ਦਿਓ। ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਵੀ ਨਾਮ ਇੱਕ ਛੋਟੀ ਜਿਹੀ ਚੀਜ਼ ਆ, ਨਾਮ ਪਾਉਣ ਦੇ ਨਾਲ ਕੋਈ ਵੱਡਾ ਛੋਟਾ ਨਹੀਂ ਹੁੰਦਾ। ਇਦੋਂ ਪਹਿਲੇ ਗਾਣੇ 'ਚ ਉਹਦਾ ਨਾਮ ਪਾਇਆ, ਨਾਮ ਪਾਉਣ ਨੂੰ 20 ਗਾਣੇ ਇੱਦਾਂ ਦੇ ਜਿੱਥੇ ਬੰਦਾ ਯਾਰ ਦੋਸਤਾਂ ਦੇ ਨਾਮ ਲੈ ਦਿੰਦਾ, ਤਕਰੀਬਨ ਇੰਡਸਟਰੀ ਦੇ ਵਿੱਚ ਅਨੇਕਾਂ ਗਾਣੇ ਹੋਣਗੇ ਜਿਹਦੇ 'ਚ ਇੱਕ ਦੂਜੇ ਦਾ ਨਾਮ ਲਿਆ ਗਿਆ ਹੋਊਗਾ। ਨਾਮ ਕੋਈ ਵੱਡੀ ਚੀਜ਼ ਨਹੀਂ ਹੈਗੀ, ਚੀਜ਼ ਹੁੰਦੀ ਆ ਵੀ ਜਦੋਂ ਤੁਹਾਡੀ ਬੋਲਚਾਲ ਇੱਕ ਦੂਜੇ ਨਾਲ ਹੈਗੀ ਆ ਉਦੋਂ ਸਭ ਕੁਛ ਠੀਕ ਆ, ਜਦੋਂ ਅਸੀਂ ਇਕੱਠੇ ਰਹਿੰਦੇ ਹਾਂ, ਇਕੱਠੇ ਮਿਲਦੇ ਵਰਤਦੇ ਹਾਂ ਤਾਂ ਸਭ ਕੁਛ ਮਾਫ਼ ਆ। ਜਦੋਂ ਬਾਈ ਅਸੀਂ ਇੱਕ ਦੂਜੇ ਤੋਂ ਪਾਸੇ ਹੋ ਗਏ ਉਦੋਂ ਸਾਨੂੰ ਇਹ ਚੀਜ਼ ਦੀ ਜੈਲਸੀਆਂ ਫੀਲ ਹੋਣ ਲੱਗ ਜਾਂਦੀਆਂ। ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ, ਸੋਰੀ ਤੇਰੀ ਗੱਲ ਅੱਜ ਕੀ ਹੋਇਆ, ਹੁਣ ਸਾਡਾ ਵੀ ਮਿੱਤਰ ਸੀਗਾ ਜੀ, ਪਹਿਲਾਂ ਉਹ ਮੈਂ ਤਾਂ ਮਿੱਤਰ ਸੀਗਾ, ਮਤਲਬ ਦਿਨ ਤੋਂ 2-3 ਵਜੇ ਮਿਲਿਆ, ਉਹਨਾਂ ਕੋਲ ਸਾਡੇ ਵੀ ਹੁਣ ਗਾਣੇ ਤਾਂ ਹੈ ਹੀ ਆ ਮਾਨਕ ਦੇ। ਹੁਣ ਉਹਨਾਂ ਨੇ ਕੀ ਕਰਿਆ, ਅੱਜ ਪਹਿਲਾਂ ਕਰਿਆ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ, ਪਹਿਲਾਂ ਕਹਿੰਦਾ ਵੀ ਤੂੰ ਕਮੈਂਟ ਕਿਉਂ ਬੰਦ ਕਰਤੇ, ਤੇਰਾ ਸੌਂਗ ਹੋ ਗਿਆ ਲੀਕ, ਅਤੇ ਅੱਲਾ ਸੈਡ ਸੌਂਗ, ਅੱਲਾ ਗਾਣਾ ਜੋ ਕਿ ਅਸੀਂ ਮਾਰਚ ਦੇ ਵਿੱਚ ਰਿਲੀਜ਼ ਕਰਨਾ ਸੀਗਾ ਜੀ, ਉਹਦੇ 'ਤੇ ਅਸੀਂ ਆਡੀਓ ਆਪਦੀ ਰੈਡੀ ਕਰੀ ਬੈਠੇ ਸੀ, 2.5-3 ਲੱਖ ਰੁਪਇਆ ਲਾ ਕੇ ਉਹਨੇ ਸਾਡਾ ਉਹ ਸਾਰਾ ਪਾਣੀ ਖੂਹ 'ਚ ਪਾਤਾ, ਉਹਨੇ ਲੀਕ ਕਰਤਾ ਗਾਣਾ, ਅਤੇ ਲੀਕ ਕਿਵੇਂ ਕੀਤਾ, ਜਸ ਮਾਨਕ ਫੀਟ ਐਵੀ ਧਾਲੀਵਾਲ, ਅਤੇ ਜੋ ਕਿ ਉਹਦਾ ਕੋਈ ਲੈਣਾ ਦੇਣਾ ਹੀ ਨਹੀਂ ਆ, ਸਿਰਫ ਅਤੇ ਸਿਰਫ ਗਾਣਾ ਵਾ ਜਸ ਮਾਨਕ, ਲਿਰਿਕਸ ਕੰਪੋਜ਼ਰ ਸਿੰਗਰ ਮਿਊਜ਼ਿਕ ਆ ਜੀ ਸੁੱਖੀ ਮਿਊਜ਼ੀਕਲ ਡਾਕਟਰ ਦਾ। ਠੀਕ ਆ, ਹੁਣ ਤੁਸੀਂ ਸ਼ਰਿਆਮ ਹੀ ਧੱਕਾ ਕਰੀ ਜਾਓਗੇ ਜੀ, ਅਜੇ ਮੇਰੀ ਗੱਲ ਹੋਰ ਦੱਸਦਾ, ਅਸੀਂ ਚੁੱਪ ਕਰਕੇ ਬੈਠ ਜਾਂਦੇ, ਅਸੀਂ ਲਾਈਵ ਵੀ ਨਾ ਹੁੰਦੇ, ਠੀਕ ਹੈ, ਕੀ ਹੋਣਾ ਸੀਗਾ, ਕੱਲ੍ਹ ਨੂੰ ਸਾਡਾ ਗਾਣਾ 20-25 ਹਜ਼ਾਰ ਡਿਸਲਾਈਕ ਆ ਜਾਂਦੇ, 10 ਹਜ਼ਾਰ ਗਾਣਾ ਆ ਜਾਂਦੇ, ਇਹ ਸਭ ਜੋ ਕਿ ਸਾਨੂੰ ਪਤਾ ਹੈ, ਹਾਲੀ ਵੀ ਆਉਣਗੀਆਂ ਇਹ ਵੀ ਸਾਨੂੰ ਪਤਾ, ਕਿਉਂਕਿ ਲੋਕ ਸਿੱਧੇ ਪਾਸੇ ਨੂੰ ਘੱਟ ਤੁਰਦੇ ਨੇ, ਗਲਤ ਪਾਸੇ ਨੂੰ, ਅਸੀਂ ਮੈਂ ਵੀ
ਪਰ ਅਸੀਂ ਜੇ ਸੱਚੇ ਸੀ ਤਾਂ ਅਸੀਂ ਗੁਰਦੁਆਰੇ ਸਾਹਿਬ ਆਏ ਹਾਂ ਅਤੇ ਹੁਣ ਅਸੀਂ ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਅਤੇ ਹੁਣ ਅਸੀਂ 8:30 ਜਾਂ 9 ਵਜੇ ਜਾਂ 9 ਵਜੇ ਤੱਕ ਲਾਈਵ ਹੋਵਾਂਗੇ ਉਹ ਵੀ ਸਰਪੰਚ ਸਰਪੰਚ ਸਾਹਿਬ ਨਾਲ ਉਸ ਤੋਂ ਬਾਅਦ ਕਦੀ ਅਸੀਂ ਲਾਈਵ ਨਹੀਂ ਹੋਣਾ ਨਾ ਉਸ ਮੈਟਰ 'ਤੇ ਗੱਲ ਕਰਾਂਗੇ ਜਿੰਨੇ ਸਾਨੂੰ ਗਲਤ ਬੋਲਣਾ ਭਾਜੀ ਉਹ ਤੁਹਾਡੀ ਮਰਜ਼ੀ ਆ ਠੀਕ ਆ ਜਿੰਨੇ ਜਿਹੜੇ ਜਸ ਮਾਨਕ ਨੂੰ ਸਪੋਰਟ ਕਰਦੇ ਆ ਜਾਂ ਪਿਆਰ ਕਰਦੇ ਆ ਉਹਨਾਂ ਨੂੰ ਇੱਕੋ ਹੀ ਰਿਕੁਐਸਟ ਕਰੂੰਗਾ ਵੀ ਹੇਟਰਸ ਨੇ ਤਾਂ ਸਭ ਨੇ ਵੀਡੀਓ ਸ਼ੇਅਰ ਕਰਤੀਆਂ ਜਿਹੜੇ ਪਿਆਰ ਕਰਨ ਵਾਲੇ ਹੁਣ ਉਹ ਪਿਆਰ ਵੀ ਦਿਖਾਇਓ ਜਿਹੜੇ ਇੱਕ ਗੱਲ ਹੋਰ ਆ ਜੇ ਇਹਦੀ ਵੋਕਲ ਨਾ ਵਧੀਆ ਹੁੰਦੀ ਲਿਖਦਾ ਨਾ ਵਧੀਆ ਹੁੰਦਾ ਕੰਪੋਜ਼ ਨਾ ਵਧੀਆ ਕਰਦਾ ਹੁੰਦਾ ਤਾਂ ਮੈਂ ਕਦੀ ਵੀ ਨਹੀਂ ਇਹਨੂੰ ਸਪੋਰਟ ਕਰਦਾ ਇਹ ਗਾਉਂਦਾ ਹੀ ਬਹੁਤ ਵਧੀਆ ਜੀ ਪਹਿਲੀ ਗੱਲ ਆਟੋ ਟਿਊਨ ਨਾਲ ਨਹੀਂ ਆ ਇਹਨੇ ਬੋਸ ਗਾਣੇ 'ਚ ਵੀ ਤਾਂ ਲਿਖਿਆ ਆਟੋ ਟਿਊਨ ਦੇ ਕਲਾਕਾਰ ਨਹੀਂ ਹੈ ਸੀ ਠੀਕ ਆ ਬਹੁਤ ਵਧੀਆ ਗਾਉਂਦਾ ਠੀਕ ਆ ਜੀ ਬਾਕੀ ਤੁਹਾਡੀ ਲਾਈਵ ਸ਼ੋਅ 'ਤੇ ਆਇਓ ਅਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੰਨਾ ਕੁ ਵਧੀਆ ਗਾਉਂਦਾ ਅਤੇ ਬਸ ਹੁਣ ਇਜਾਜ਼ਤ ਲਵਾਂਗੇ ਬਾਕੀ ਇੱਕ 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 ਲਾਸਟ ਗੱਲ ਕਰਕੇ ਇਜਾਜ਼ਤ ਲਵਾਂਗੇ ਜਿਹੜੀ ਗੱਲ ਵੀਰੇ ਨੇ ਕਹੀ ਆ ਸਾਨੂੰ ਉਹਨਾਂ 4 ਬੰਦਿਆਂ ਦਾ ਕੋਈ ਗੁੱਸਾ ਨਹੀਂ ਭੋੜਾ ਜਿੰਨਾ ਗੁੱਸਾ ਨਹੀਂ ਜੇ ਕਿਸੇ ਨੇ ਨੈਗੇਟਿਵ ਲਿਖ ਕੇ ਪਾਇਆ ਜਾਂ ਬੋਲ ਕੇ ਪਾਇਆ ਇੰਨਾ ਕੁ ਵੀ ਗੁੱਸਾ ਨਹੀਂ ਕਿਉਂਕਿ ਉਹਨਾਂ ਨੂੰ ਸੱਚ ਨਹੀਂ ਪਤਾ ਸੱਚ ਪਤਾ ਜਿਹਨੂੰ ਮਾਨਕ ਨੂੰ ਪਤਾ ਅਤੇ ਐਵੀ ਨੂੰ ਪਤਾ ਸੱਚ ਇਹਨਾਂ ਦੋਨਾਂ ਨੂੰ ਪਤਾ ਜੋ ਉਹਨੇ ਕਿਹਾ ਸੀ ਉਹ ਆਪਾਂ ਕਰਤਾ ਗੁਰੂ ਘਰ ਖੜ੍ਹੇ ਹਾਂ ਠੀਕ ਹੈ ਜੀ ਸਿਰਫ ਇਸ ਗੱਲ ਦਾ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਅਸੀਂ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਪਰਮਾਤਮਾ ਅੱਗੇ ਖੜ੍ਹੇ ਹਾਂ ਅਰਦਾਸ ਬੇਨਤੀ ਕਰਦੇ ਹਾਂ ਬਾਬਾ ਉਹਨੂੰ ਤਰੱਕੀ ਦੇਵੇ ਜਿਹੜੇ ਲੱਖਾਂ ਲੋਕ ਨਾਲ ਜੁੜੇ ਹੋਏ ਨੇ ਠੀਕ ਹੈ ਜੇ ਕੁਝ ਪਰਸੈਂਟ ਬੰਦੇ ਨੈਗੇਟਿਵ ਹੈਗੇ ਨੇ ਤਾਂ ਪਰਮਾਤਮਾ ਉਹਨਾਂ ਦਾ ਵੀ ਭਲਾ ਕਰੇ ਉਹਨਾਂ ਵੀਰਾਂ ਦਾ ਵੀ ਥੈਂਕ ਯੂ ਅਤੇ ਜਿਹੜੇ ਲੱਖਾਂ ਲੋਕ ਚਾਹੁਣ ਵਾਲੇ ਆ ਉਹਨਾਂ ਦਾ ਵੀ ਧੰਨਵਾਦ ਇੱਕ ਚੀਜ਼ ਹੋਰ ਕਹਿਣਾ ਚਾਹੂੰਗਾ ਜੀ ਬੋਸ ਗਾਣਾ 3.5 ਮਹੀਨੇ ਪਹਿਲਾਂ ਰਿਲੀਜ਼ ਕੀਤਾ ਸੀਗਾ ਉਹਦੇ 'ਤੇ ਅੱਜ ਉਹਦੇ 24 ਮਿਲੀਅਨ ਵਿਊ ਸੀ ਪਰ ਅੱਜ ਉਹਦੀ ਵੀਡੀਓ ਥੱਲੇ ਕਮੈਂਟਸ ਆਏ ਨੇ 400-500 ਕਮੈਂਟ ਐ ਵੀ ਧਾਲੀਵਾਲ ਨੇ ਵੀ ਐ ਵੀ ਧਾਲੀਵਾਲ ਦਾ ਗਾਣਾ ਹੈ ਬਟ ਉਸ ਤੋਂ ਪਹਿਲਾਂ ਉਹਦੇ 15,000 ਕਮੈਂਟ ਨੇ 15,000 ਦੇ ਵਿੱਚ ਕੋਈ ਇੱਕ ਕਮੈਂਟ ਵੀ ਤੁਹਾਨੂੰ ਲੱਭ ਜੇ ਨਾ ਪੁਰਾਣਾ ਵੀ ਐ ਵੀ ਧਾਲੀਵਾਲ ਦਾ ਗਾਣਾ ਲਿਖਿਆ ਅਤੇ ਮੈਨੂੰ ਕਹਿ ਦਿਓ ਸਿਰਫ ਗੱਲ ਕੀ ਆ ਉਹ 3.5 ਮਹੀਨੇ ਪਹਿਲਾਂ ਰਿਲੀਜ਼ ਕੀਤਾ ਸੀਗਾ ਧਾਲੀਵਾਲ ਬੋਲਿਆ ਗਿਆ ਸੀ ਉਸ ਤੋਂ ਬਾਅਦ ਸੂਟ ਪੰਜਾਬੀ ਰਿਲੀਜ਼ ਕੀਤਾ ਉਹਦੇ 'ਚ ਐ ਵੀ ਧਾਲੀਵਾਲ ਬੋਲਿਆ ਗਿਆ ਅਤੇ ਲੋਕਾਂ ਨੂੰ ਲੱਗਾ ਵੀ ਬੌਸ ਵੀ ਆਉਂਦਾ ਅਤੇ ਇਹਨੇ ਸ਼ੋਅ ਆਫ ਵੀ ਇੱਦਾਂ ਕੀਤਾ ਵੀ ਬੌਸ ਵੀ ਆਉਂਦਾ ਉਹ ਇੱਦਾਂ ਦਾ ਕੁਛ ਨਹੀਂ ਹੈਗਾ ਉਹ ਵੀਡੀਓ ਦੇ ਲਾਸਟ ਦੇਖ ਲਓ ਲਾਸਟ 'ਤੇ ਜਾ ਕੇ ਦੇਖ ਲਿਓ ਉਹ ਵੀਡੀਓ ਦੇ ਲਾਸਟ 'ਤੇ ਆਲਰੇਡੀ ਜਸ ਮਾਨਕ ਦਾ ਨਾਮ ਲਿਸਟ ਪਾਇਆ ਹੋਇਆ ਜੇ ਇਹੀ ਗੱਲ ਸੀਗੀ ਚਲੋ ਆਮ ਲੋਕਾਂ ਨੂੰ ਨਹੀਂ ਪਤਾ ਜਿਹੜੇ ਵੀਰ ਅੱਜ ਬੋਲਦੇ ਨੇ ਜਾਂ ਕੁਛ ਪਰਸੈਂਟ ਬੰਦੇ ਬੋਲਦੇ ਨੇ ਉਹਨਾਂ ਨੂੰ ਠੀਕ ਹੈ ਇਹ ਗੱਲ ਨਹੀਂ ਪਤਾ ਹੋਊਗੀ ਵੀ ਕੀ ਮੈਟਰ ਆ ਪਰ ਉਹਨਾਂ ਨੂੰ ਇੰਨਾ ਕੁ ਤਾਂ ਦੇਖ ਸਕਦੇ ਨਾ ਉਹ ਗਾਣੇ ਦੇ ਲਾਸਟ ਦੇ ਉੱਤੇ ਲਿਰਿਕਸ ਜਸ ਮਾਨਕ ਲਿਖਿਆ ਜੇ ਐ ਵੀ ਵੀਰ ਨੂੰ ਉਦਣ ਇਹ ਇੰਨੀ ਕੁ ਪ੍ਰੋਬਲਮ ਸੀ ਤਾਂ ਉਹ ਇੱਕੋ ਹੀ ਕਮੈਂਟ ਉਹ ਗਾਣੇ ਦੇ ਥੱਲੇ ਕਰ ਦਿੰਦਾ ਇਹ ਗਾਣਾ ਮੇਰਾ ਅੱਜ ਤੋਂ ਪਹਿਲਾਂ ਤਾਂ ਉਹਨੇ ਵੀ ਨਹੀਂ ਕੀਤਾ ਇੱਕ ਚੀਜ਼ ਦੱਸੋ ਜਿਹੜੇ ਪੇਜ ਐਡਮਿਨ ਆ ਵੀਰੇ ਮੈਂ ਵੀ ਇਹੀ ਕੰਮ ਕਰਦਾ ਰਿਹਾ ਅੱਜ ਤੋਂ 4 ਸਾਲ ਪਹਿਲਾਂ ਹੁਣ ਤੁਸੀਂ ਆਹ ਮੇਰੀਆਂ ਵੀਡੀਓ ਕਲਿੱਪ ਕੱਟ ਕੱਟ ਕੇ ਵੀ ਪਾਉਂਗੇ ਅੱਛਾ ਐਵੇਂ ਹੁੰਦਾ ਅੱਛਾ ਐਵੇਂ ਹੁੰਦਾ ਐਵੇਂ ਮੈਂ ਵੀ ਇਹੀ ਕਰਦਾ ਮੈਨੂੰ ਸਾਰਾ ਐਕਸਪੀਰੀਅੰਸ ਹੈ ਮੈਂ ਇਹੀ ਕੰਮ ਕਰਦਾ ਰਿਹਾ ਆਹੀ ਕੰਮ ਕਰ ਮੈਂ ਅੱਜ ਆਪਦੀ ਮਿਹਨਤ ਦੀ ਕਮਾਈ ਕਰਕੇ ਮੈਂ ਇੱਥੋਂ ਤੱਕ ਪਹੁੰਚਿਆ ਪੰਜਾਬ ਦੇ ਵਿੱਚ 3 ਨੰਬਰ ਦੀ ਕੰਪਨੀ ਆ ਸਾਡੀ ਗੀਤ ਐਮ3 ਉਹ ਸਿਰਫ ਤੇ ਸਿਰਫ ਤੁਹਾਡੀ ਸਪੋਰਟ ਕਰਕੇ ਆ ਬਾਬੇ ਦੀ ਕਿਰਪਾ ਕਰਕੇ ਠੀਕ ਹੈ ਜੀ ਜੇ ਅਸੀਂ ਵਧੀਆ ਕੰਮ ਕਰਦੇ ਸੀ ਹੁਣ ਰਹੀ ਗੱਲ ਅੱਜ ਤਾਂ ਅਸੀਂ ਇਹਨੇ ਕਿਹੜਾ ਗਲਤ ਗਾਣਾ ਗਾਇਆ ਦੱਸੋ ਕੋਈ ਗਲਤ ਗਾਣਾ ਗਾਇਆ ਅਸੀਂ ਵਧੀਆ ਚੀਜ਼ਾਂ ਲੈ ਕੇ ਆਉਂਦੇ ਹਾਂ ਤੁਹਾਡੇ ਕੋਲ ਵਧੀਆ ਚੀਜ਼ ਕੰਮ ਕਰਦੇ ਹਾਂ ਬਸ ਅੱਗੇ ਵੀ ਕਰਦੇ ਰਹਾਂਗੇ ਬਸ ਸਪੋਰਟ ਕਰਿਓ ਥੈਂਕ ਯੂ ਸੋ ਮੱਚ ਚੰਗਾ ਹੁਣ ਸਤਿ ਸ੍ਰੀ ਅਕਾਲ ਘੁਮਾ ਦਿਓ ਸਰ ਸਾਰੇ ਸਪੋਰਟ ਤੇ ਆਏ ਸਾਰਿਆਂ ਨੇ ਬੱਲ ਘੁਮਾ ਲੈ ਡਾਲਿੰਗ ਸਰ ਡਾਲਿੰਗ ਮੜਾ ਐਜੇ ਜੀ ਅਰੰਦਾ ਵੀ ਸ਼ੂਟ ਜਸੀ ਆਪਣੇ ਵੱਲ ਬੜਾ ਕਹਿਣ ਆ ਕੱਟਿਓ ਬਸ ਉਹ ਕਰੋ ਦੂਜੀ ਰੱਖਣੀ ਐਂਡ ਐਂਡ ਲਾਈਨ ਐਂਡ ਕਰੋ ਐਂਡ ਕਰਕੇ ਦੇ ਦਿਓ ਬਸ